बापू तेरा पुत निकम्मा हुण बड़ा कमाऊ हो गया ए। बापू तेरा पुत निकम्मा हुण बड़ा कमाऊ हो गया ए। बापू तेरा पुत निकम्मा हुण बड़ा कमाऊ हो गया ए। आए दिन पंगे पौंदा सी जेड़ा नित उलामे ल्यौंदा सी उठ तड़के जॉब नू जावे आ रोटी आप पकावे आपे ही तड़के लावे बाड़ा ही साऊ हो गया ए। बापू तेरा पुत निकम्मा हुण बड़ा कमाऊ हो गया ए। बापू तेरा पुत निकम्मा हुण बड़ा कमाऊ हो गया ए। अन्नियां बोलियां गूंगियां रातां ना ज्यौंदा ना मरदा कोई पल पल गुस्सा खोरी जावे गुज्जा रोग अंदर दा कोई पत्थरां दे संग पत्थर हो गए शीशे दे दिल वाले लोग संग दिलां दे आखर कद तक तरले मिन्तां करदा कोई। सारे ही दोस्तां नूं मेरे वल्लों जाणी के बेंत वाजवा वल्लों प्यार भरी सति श्री अकाल जी लैके हाजिर होए जी प्रोग्राम दीवे दी लो। उम्मीद करदा हां कि सारे ठीक ठाक होवोंगे जी। देश विदेश विच बैठे सारे ही पंजाबियां नूं प्यार ते सतकार नाल सति श्री अकाल जी। जिते इस वेले दिन चढ़िया उत्थे गुड मॉर्निंग है जी। जिन्हें भी मेरे पंजाबी वीर इस प्रोग्राम नूं अपना प्यार बख्शदे आ डेली जिहड़ा सोमवार तो लैके सैटरडे तक जिहड़ा प्रोग्राम अपना चलता जी भारत दे 7:30 तो लैके 8:30 बजे तक प्रोग्राम का जिहड़ा प्रसारण किया जाता सीधा प्रसारण इहनूं लाइव तुसीं साडी वैबसाइट ते जाके भी सुन सकते हो ट्यून इन ऐप दे विच रेडियो नेटवर्क सर्च करके भी सुन सकते हो। इस तो अलावा पंजाबी दे रेडियो एक ऐप है जी उत्ते साडा रेडियो सुनिया जा सकदा गा। ते उस तो अलावा यूट्यूब ते फेसबुक ते लाइव इस वेले जिहड़ा प्रोग्राम आ उह कीता जा रिहा गा ते हर एपीसोड असीं बाद विच तुसीं यूट्यूब दे जरिए सुन सकदे हो जी। जिस तरह के सारे ही स्रोतियां नूं पता जिहड़े साडे पक्के स्रोते सुणन वाले उन्हां नूं पता भी असीं जिहड़ी साहित्यक फुलवाड़ी आ उहदे विचों कोई ना कोई रंग लैके आउंदे हुंदे आ चाहे उह कोई पंजाबी गायक होवे ਪੰਜਾਬੀ ਗੀਤਕਾਰ ਹੋਵੇ ਪੰਜਾਬੀ ਸਾਹਿਤਕਾਰ ਹੋਵੇ ਕੋਈ ਕਹਾਣੀਕਾਰ ਹੋਵੇ ਇਸ ਤਰ੍ਹਾਂ ਦੇ ਰੰਗ ਅਸੀਂ ਵੱਖੋ ਵੱਖਰੇ ਲੈ ਕੇ ਇਸ ਮੰਚ ਤੇ ਲੈ ਕੇ ਆਉਣੇ ਹੁੰਦੇ ਹਾਂ ਤੇ ਅੱਜ ਇੱਕ ਅਸੀਂ ਹੋਰ ਇੱਕ ਵੱਖਰਾ ਜਿਹਾ ਫੁੱਲ ਲੈ ਕੇ ਆਏ ਹਾਂ ਜੀ। ਇੱਕ ਪੰਜਾਬੀ ਸਿੰਗਰ ਨਾਲ ਤੁਹਾਨੂੰ ਅੱਜ ਰੂਬਰੂ ਕਰਵਾਉਣਾ ਗਾ ਉਹਦੀ ਜੀਵਨੀ ਬਾਰੇ ਜਾਣਾਂਗੇ ਉਹਦੀ ਜਿਹੜੀ ਗਾਇਕੀ ਆ ਉਹਦੇ ਬਾਰੇ ਆਪਾਂ ਗੱਲਾਂ ਬਾਤਾਂ ਦੀ ਸਾਂਝ ਪਾਵਾਂਗੇ ਉਹਨਾਂ ਤੋਂ ਜਿਹੜੇ ਉਹਨਾਂ ਦੇ ਗੀਤ ਆਏ ਨੇ ਮਾਰਕੀਟ ਵਿੱਚ ਜਾਂ ਆਉਣ ਵਾਲੇ ਨੇ ਉਹਨਾਂ ਬਾਰੇ ਵਿਸ਼ੇਸ਼ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਆਪਣੇ ਚੰਡੀਗੜ੍ਹ ਸਟੂਡੀਓ ਦਾ ਨੰਬਰ ਹੈ ਜੀ 0172-5192-28 0172-5192-28 ਇਹ ਨੰਬਰ ਡਾਇਲ ਕਰਕੇ ਤੁਸੀਂ ਕੋਡ ਆ 506-780 ਐਸ਼ ਲਗਾ ਕੇ ਤੁਸੀਂ ਸਿੱਧਾ ਸਾਡੇ ਸਟੂਡੀਓ ਦੇ ਵਿੱਚ ਜੁੜ ਸਕਦੇ ਹੋ। ਸੋ ਅੱਜ ਜਿਹੜੇ ਆਪਣੇ ਮਹਿਮਾਨ ਨੇ ਜੀ ਉਹਦਾ ਨਾਮ ਹੈਗਾ ਸਤਵਿੰਦਰ ਬਿਰਦੀ ਜੀ ਜੋ ਪੰਜਾਬੀ ਗਾਇਕ ਨੇ ਪੇਸ਼ੇ ਵਜੋਂ ਅਤੇ ਕਾਫੀ ਐਲਬਮ ਉਹਨਾਂ ਦੀਆਂ ਮਾਰਕੀਟ ਦੇ ਵਿੱਚ ਆਈਆਂ ਨੇ। ਅੱਜ ਸ਼ੁੱਕਰਵਾਰ ਆ ਤੇ ਆਪਾਂ ਸ਼ੁੱਕਰਵਾਰ ਨੂੰ ਕੋਈ ਨਾ ਕੋਈ ਜਾਂ ਸੈਚਰਡੇ ਨੂੰ ਪੰਜਾਬੀ ਸਿੰਗਰ ਲੈ ਕੇ ਹਾਜ਼ਰ ਹੁੰਦੇ ਹਾਂ ਜੀ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਬਿਰਦੀ ਸਾਹਿਬ ਤੁਹਾਡਾ ਪ੍ਰੋਗਰਾਮ ਡੀਵੀ ਦੀ ਲੋ ਦੇ ਵਿੱਚ ਜੀ। ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਜਿਹੜੇ ਜਿਹੜੇ ਵੀ ਵੀਰ ਭੈਣਾਂ ਜਿਹੜੇ ਵੀ ਹੋਰ ਮੇਰੇ ਚਾਹਣੇ ਵਾਲੇ ਸੁਣ ਰਹੇ ਨੇ ਤੇ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਜੀ। ਸਤਿ ਸ੍ਰੀ ਅਕਾਲ ਜੀ। ਸੋ ਅੱਜ ਮੈਂ ਦੱਸ ਦੇਵਾਂ ਜਿਹੜੇ ਨਵੇਂ ਨਾਲ ਦੀ ਨਾਲ ਜਿਹੜੇ ਬਹੁਤ ਜਿਹੜੇ ਪਿਆਰ ਕਰਨ ਵਾਲੇ ਸਾਡੇ ਨਾਲ ਜੁੜਦੇ ਨੇ ਬਹਾਦਰ ਸਿੰਘ ਬੁੱਲੋਆ ਡੈਨਮਾਰਕ ਤੋਂ ਸਾਡੇ ਨਾਲ ਜੁੜੇ ਨੇ ਉਹ ਸਾਡੇ ਜਿਹੜੇ ਅੱਜ ਦੇ ਗੈਸਟ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ। ਲਿਸਟ ਬੜੀ ਲੰਬੀ ਆ ਜੀ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਲਈਏ ਫਿਰ ਸਾਰਿਆਂ ਦੇ ਨਾਮ ਆ ਜਿਹੜੇ ਉਸ ਪ੍ਰੋਗਰਾਮ ਦੇ ਜ਼ਰੀਏ ਆਪਾਂ ਅਨਾਊਂਸ ਕਰਾਂਗੇ ਕਿਉਂਕਿ ਸਰੋਤਿਆਂ ਦੇ ਨਾਲ ਹੀ ਪਾਠਕਾਂ ਦੇ ਨਾਲ ਹੀ ਦਰਸ਼ਕਾਂ ਦੇ ਨਾਲ ਹੀ ਗਾਇਕ ਜਾਂ ਕੋਈ ਵੀ ਜਿਹੜਾ ਪਲੇਟਫਾਰਮ ਆ ਉਹ ਵੱਡਾ ਹੁੰਦਾ ਗਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਬਿਰਦੀ ਸਾਹਿਬ ਆਪਣਾ ਇਹੀ ਸਵਾਲ ਆ ਵੀ ਆਪਣਾ ਜਿਹੜਾ ਜਨਮ ਸੀ ਉਹ ਕਿੱਥੇ ਹੋਇਆ ਜੀ ਕਦੋਂ ਹੋਇਆ? ਮੇਰਾ ਜਨਮ ਸਥਾਨ ਹੈ ਜੀ ਜੰਮੂ ਕਸ਼ਮੀਰ ਦਾ ਜੀ। ਜੀ ਹਾਂ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਗੁਰਦਾਸਪੁਰ ਏਰੀਆ ਹੈਗਾ ਆਪਣਾ ਪਿੰਡ ਹੈ ਛੋਟਾ ਜਿਹਾ ਸਾਡਾ ਮੰਗਲ ਸੈਨ ਜੀ। ਹਾਂਜੀ ਫਿਰ ਉੱਥੇ ਸ਼ਿਫਟ ਕਰ ਗਏ ਸੀ ਕੁਛ ਟ੍ਰੈਜਡੀ ਹੋ ਗਈ ਸੀ ਲਾਈਫ ਚ ਮੇਰੇ ਮਦਰ ਐਕਸਪਾਇਰ ਹੋ ਗਏ ਸੀ ਜਦੋਂ ਮੈਂ 3 ਸਾਲ ਦਾ ਸੀ ਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਧਰ ਮੂਵ ਕੀਤਾ ਗੁਰਦਾਸਪੁਰ ਜੀ। ਜੀ ਬਿਲਕੁਲ ਜੀ ਕਿਉਂਕਿ ਮਾਮਾ ਨਾਲ ਆਪਣਾ ਜਿਹੜਾ ਗੂੜਾ ਰਿਸ਼ਤਾ ਹੁੰਦਾ ਗਾ ਜੇਕਰ ਮਾਮਾ ਛੋਟੀ ਉਮਰ ਦੇ ਵਿੱਚ ਚਲੇ ਜਾਣ ਤਾਂ ਬਹੁਤ ਵੱਡਾ ਦਰਦ ਆ ਜਿਹੜਾ ਬੱਚੇ ਨੂੰ ਹੰਡਾਉਣਾ ਪੈਂਦਾ ਗਾ ਕਿਉਂਕਿ
ਜਿੱਥੇ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਗਾ, ਉੱਥੇ ਇੱਕ ਆਪਾਂ ਕਹਿ ਲਈਏ ਵੀ ਇੱਕ ਉਹਦੇ ਵਰਗਾ ਅਧਿਆਪਕ ਟੀਚਰ ਕੋਈ ਨਹੀਂ ਹੁੰਦਾ, ਤੇ ਸਕੂਲੀ ਜਿਹੜੇ ਟੀਚਰ ਨੇ ਉਹ ਬਾਅਦ ਦੇ ਵਿੱਚ ਆਉਂਦੇ ਨੇ। ਸੋ ਇਸ ਤੋਂ ਬਾਅਦ ਚਲੋ ਤੁਸੀਂ ਜੰਮੂ ਕਸ਼ਮੀਰ ਤੋਂ ਮੂਵ ਕਰਕੇ ਪੰਜਾਬ ਵਿੱਚ ਆਏ, ਜਿਹੜੀ ਵਿਦਿਅਕ ਜਿਹੜੀ ਸ਼ੁਰੂਆਤ ਸੀ ਵਿਦਿਆ ਦੀ, ਉਹ ਕਿੱਥੋਂ ਹੋਈ ਫਿਰ? ਇਹ ਜਿਹੜੀ ਸ਼ੁਰੂਆਤ ਹੋਈ ਜੀ, ਪਹਿਲਾਂ ਸਕੂਲ ਦੇ ਪ੍ਰਾਇਮਰੀ ਸਕੂਲ ਤੋਂ ਆਪਣੇ ਪਿੰਡ ਤੋਂ ਹੀ ਜੀ। ਹਾਂ, ਤੇ ਉਸ ਤੋਂ ਬਾਅਦ ਫਿਰ ਹਾਈ ਸਕੂਲ ਗੁਰਦਾਸ ਨੰਗਲ ਜੀ। ਹਾਂ, ਤੇ ਉਸ ਤੋਂ ਬਾਅਦ ਫਿਰ ਗੌਰਮੈਂਟ ਕਾਲਜ ਆਪਣਾ ਗੁਰਦਾਸਪੁਰ ਤੋਂ, ਤੇ ਬਾਕੀ ਜਿਹੜੀ ਮਿਊਜ਼ਿਕ ਦੀ ਜਿਹੜੀ ਮੈਂ ਉਹ ਕੋਰਸਪੋਂਡੈਂਸ ਕੀਤੇ ਹੋਇਆ ਗ੍ਰੈਜੂਏਸ਼ਨ ਜੀ। ਹਾਂਜੀ, ਜਿਹੜਾ ਆਪਾਂ ਕਹਿੰਦੇ ਵੀ ਸ਼ੁਰੂਆਤ ਦੇ ਵਿੱਚ ਆਪਾਂ ਜਦੋਂ ਗ੍ਰੈਜੂਏਸ਼ਨ ਕਰ ਲੈਂਦੇ ਹਾਂ ਜਾਂ ਕੋਈ ਜਿਹੜੀ ਪੜ੍ਹਾਈ ਦਾ ਇੱਕ ਲੈਵਲ ਹੁੰਦਾ, ਪਲੱਸ ਟੂ ਵਗੈਰਾ ਕਰ ਲੈਂਦੇ ਹਾਂ, ਉਦੋਂ ਆਪਾਂ ਸੋਚਦੇ ਹਾਂ ਵੀ ਆਪਾਂ ਕਿਸੇ ਨੌਕਰੀ ਸਰਕਾਰੀ ਨੌਕਰੀ ਵੱਲ ਜਾਈਏ, ਕਿਉਂਕਿ ਘਰਦਿਆਂ ਦੀ ਇੱਛਾ ਹੁੰਦੀ ਆ, ਹਰ ਇੱਕ ਨੂੰ ਇਹ ਹੁੰਦਾ ਵੀ ਹਨਾ ਸਰਕਾਰੀ ਨੌਕਰੀ ਕੀਤੀ ਜਾਵੇ। ਤੁਹਾਡਾ ਕਿਤੇ ਇਹ ਮਨ ਦੇ ਵਿੱਚ ਆਇਆ ਵੀ ਆਪਾਂ ਹੁਣ ਨੌਕਰੀ ਕਰੀਏ ਜਾਂ ਮਿਊਜ਼ਿਕ ਵਾਲੀ ਚੇਟਕ ਲੱਗ ਗਈ? ਨਹੀਂ, ਮੈਂ ਦੱਸਦਾ ਤੁਹਾਨੂੰ ਜੀ, ਐਕਚੁਅਲ ਕੀ ਸੀ ਮੇਰਾ ਸ਼ੌਂਕ ਨਾ, ਅੱਜ ਮੈਂ ਤੁਹਾਨੂੰ ਇੱਕ ਆਪਣੀ ਪਰਸਨਲ ਲਾਈਫ ਦੀ ਇੱਕ ਜਿਹੜੀ ਗੱਲ ਆ ਮੈਂ ਡਿਸਕਲੋਜ਼ ਕਰ ਲਗਾ ਜੀ। ਮੈਂ ਨਾ ਮੈਨੂੰ ਸ਼ੌਂਕ ਸੀ ਮਕੈਨਿਕੀ ਦਾ, ਤੇ ਮੈਂ ਸਟੱਡੀ ਦੇ ਨਾਲ ਨਾਲ ਮਿਊਜ਼ਿਕ ਸਿੱਖਣ ਦੇ ਨਾਲ ਨਾਲ ਤੇ ਜਿਸ ਤਰ੍ਹਾਂ ਆਟੋ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਰਿਹਾ ਜੀ। ਮੈਂ 6 ਜਾਂ 7 ਸਾਲ ਕੰਮ ਕੀਤਾ ਜਿਸ ਤਰ੍ਹਾਂ ਬੈਂਟਰੀ ਹੋਰਨ ਲਾਈਟਾਂ ਵਗੈਰਾ, ਉਹ ਹੁਨਰ ਮੇਰੇ ਕੋਲ ਉਹ ਵੀ ਹੈਗਾ ਜੀ। ਤੇ ਉਸ ਤੋਂ ਇਲਾਵਾ ਮੈਂ ਮਿਊਜ਼ਿਕ ਸਿੱਖਦਾ ਹੁੰਦਾ ਸੀ ਜੀ, ਤੇ ਗੁਰਦੁਆਰਾ ਸਾਹਿਬ ਜਾਣਾ ਜਦੋਂ ਸਕੂਲ ਪੜ੍ਹਦੇ ਸੀ ਹਨਾ ਜੀ, ਜੀ ਤੇ ਉੱਥੇ ਹੀ ਫਿਰ ਪਾਠ ਕਰਨਾ ਰਹਿ ਰਿਹਾ ਸਾਹਿਬ ਦਾ, ਫਿਰ ਕਦੇ ਕਦੇ ਸ਼ਬਦ ਬੋਲਣੇ ਵੈਸੇ ਜਿਸ ਤਰ੍ਹਾਂ ਨਾ ਬੁੱਕਸ ਵਗੈਰਾ ਲੈ ਲੈਣੀਆਂ ਸ਼ਬਦਾਂ ਵਾਲੀਆਂ, ਉਹ ਤੋਂ ਆਪਣੀ ਟਿਊਨ ਤਿਆਰ ਕਰਨੀ, ਤੇ ਗੁਰਦੁਆਰਾ ਸਾਹਿਬ ਤੋਂ ਸਟਾਰਟਿੰਗ ਸੀ। ਫਿਰ ਹੌਲੀ 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 ਜਦੋਂ ਮਿਊਜ਼ਿਕ ਸਿੱਖਣਾ ਸਟਾਰਟ ਕੀਤਾ ਜੀ, ਫਿਰ ਉਸ ਤੋਂ ਬਾਅਦ ਨਾ ਧਿਆਨ ਇੱਕਦਮ ਸਾਰੇ ਪਾਸਿਆਂ ਤੋਂ ਡਿਵਰਟ ਹੋ ਕੇ, ਕੰਮ ਵੀ ਛੱਡਤਾ, ਜੇ ਵੀ ਸਾਰਾ ਕੁਛ ਲਿਖਦਾ ਵੀ ਸੀ, ਤੇ ਫਿਰ ਇੱਕਦਮ ਸਾਰਾ ਮਾਇੰਡ ਜਿਹੜਾ ਨਾ ਮਿਊਜ਼ਿਕ ਵਾਲੇ ਪਾਸੇ ਸਾਰਾ ਲੱਗ ਗਿਆ, ਤੇ ਫਿਰ ਉਸ ਤੋਂ ਬਾਅਦ ਕੰਮ ਵੱਲ ਧਿਆਨ ਹੀ ਨਹੀਂ ਗਿਆ। ਉਸਤਾਦ ਜੀ, ਮੈਨੂੰ ਬਹੁਤ ਸ਼ੌਂਕ ਹੈ ਸਿੱਖਣ ਦਾ, ਤੇ ਜਿੱਥੇ ਵੀ ਮੈਨੂੰ ਪਤਾ ਚੱਲਦਾ ਵੀ ਗਿਆਨੀ ਬੰਦੇ ਨੇ, ਇਹਨਾਂ ਤੋਂ ਕੁਛ ਆਪਾਂ ਨੂੰ ਮਿਲ ਸਕਦਾ, ਇਹਨਾਂ ਦੀ ਸੰਗਤ ਕਰਕੇ ਆਪਾਂ ਕੁਛ ਸਿੱਖ ਸਕਦੇ ਹਾਂ ਜੀ, ਤੇ ਮੈਂ ਕੋਸ਼ਿਸ਼ ਕਰਦਾ ਵੀ ਉੱਥੇ ਜਾ ਕੇ ਪਹੁੰਚਿਆ ਜਾਵੇ, 10-15 ਮਿੰਟ 20 ਮਿੰਟ ਅੱਧਾ ਘੰਟਾ ਉਹਨਾਂ ਕੋਲ ਬੈਠਿਆ ਜਾਵੇ ਜੀ। ਸਟਾਰਟਿੰਗ ਮੇਰੀ ਹੋਈ ਸੀ ਜੀ ਮੇਰੇ ਗੁਰਦਾਸਪੁਰ ਨੇ ਮਾਸਟਰ ਚਮਨ ਲਾਲ ਸੇਠੀ ਜੀ ਜੀ, ਤੇ ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ, ਡੈਥ ਹੋ ਗਈ ਸੀ ਉਹਨਾਂ ਦੇ ਪਿੱਛੇ ਜੀ ਜੀ ਜੀ, ਤੇ ਉਹਨਾਂ ਕੋਲ ਮੈਂ 2 ਜਾਂ 3 ਸਾਲ ਕਲਾਸੀਕਲ ਦੀ ਟ੍ਰੇਨਿੰਗ ਲੈਂਦਾ ਰਿਹਾ ਜੀ। ਉਸ ਤੋਂ ਬਾਅਦ ਫਿਰ ਜਦੋਂ ਪਤਾ ਲੱਗਾ ਵੀ ਗੁਰਦਾਸਪੁਰ ਚ ਮਿਊਜ਼ਿਕ ਦਾ ਇੰਨਾ ਸਕੋਪ ਨਹੀਂ ਹੈਗਾ, ਫਿਰ ਮੈਂ ਲੁਧਿਆਣੇ ਇੱਥੇ ਆ ਕੇ ਆਪਣੇ ਆਪ ਨੂੰ ਸਟੈਂਡ ਕਰਨ ਦੀ ਕੋਸ਼ਿਸ਼ ਕੀਤੀ, ਕਾਫੀ ਸਾਲ ਹੋ ਗਏ ਮੈਨੂੰ ਲੁਧਿਆਣੇ ਚ ਵੀ ਜੀ। ਇੱਥੇ ਆ ਕੇ ਫਿਰ ਮੇਰੇ ਉਸਤਾਦ ਜੀ ਨੇ ਯਮਲਾ ਜੱਟ ਜੀ, ਉਹਨਾਂ ਦੇ ਬੇਟੇ ਨੇ ਜਸਦੇਵ ਜਮਲਾ ਜੱਟ ਜੀ, ਉਹ ਮੇਰੇ ਗੁਰੂ ਜੀ ਨੇ ਜੀ, ਉਹਨਾਂ ਕੋਲ ਬਹੁਤ ਟਾਈਮ ਮੈਂ ਸਪੈਂਡ ਕੀਤਾ ਜੀ ਜੀ, ਤੇ ਬਹੁਤ ਮਿਊਜ਼ਿਕ ਦੀਆਂ ਬਰੀਕੀਆਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਕੋਲੋਂ ਜੀ। ਤੇ ਉਹਨਾਂ ਤੋਂ ਇਲਾਵਾ ਜਦੋਂ ਪਤਾ ਚੱਲਦਾ ਸੀ ਕਿ ਹੋਰ ਵੀ ਕੋਈ ਉਸਤਾਦ ਜੀ ਸਾਡੇ ਇੱਧਰ ਆਏ ਹੋਏ ਨੇ ਜਾਂ ਲਾਗੇ ਕਿਤੇ ਪਤਾ ਚੱਲਦਾ ਸੀ ਪਹੁੰਚੇ ਹੋਏ ਨੇ, ਤੇ ਮੈਂ ਕੋਸ਼ਿਸ਼ ਕਰਦਾ ਸੀ ਵੀ ਉਹਨਾਂ ਨੂੰ ਜਾ ਕੇ ਮਿਲਿਆ ਜਾਵੇ ਜੀ। ਮੈਂ ਜਸਵੰਤ ਭਵਰਾ ਸਾਹਿਬ ਉਹਨਾਂ ਦੀ ਸੰਗਤ ਕੀਤੀ ਹੈ, ਉਹਨਾਂ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ। ਫਿਰ ਇੱਕ ਸਰ ਸੀ ਸਾਡੇ ਇੱਥੇ ਆਪਣੇ ਲੁਧਿਆਣੇ ਤੋਂ ਗ੍ਰੀਨਲੈਂਡ ਸਕੂਲ ਚ ਸੀ ਟੀਚਰ ਜੀ ਜੀ, ਉਹਨਾਂ ਦਾ ਨਾਮ ਸੀ ਰਾਜ ਕੁਮਾਰ ਜੀ ਜੀ, ਉਹਨਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਜੀ। ਫਿਰ ਮੇਰੇ ਬ੍ਰਦਰ ਹੈ ਮਿਊਜ਼ਿਕ ਡਾਇਰੈਕਟਰ ਤਰੁਣ ਰਿਸ਼ੀ ਜੀ ਜੀ, ਹਾਂ ਉਹਨਾਂ ਨਾਲ ਕਾਫੀ ਟਾਈਮ ਸਪੈਂਡ ਕੀਤਾ। ਇੱਧਰ ਹੈਗੇ ਆਪਣੇ ਤੇਜਵੰਤ ਕਿੱਟੂ ਜੀ ਜੀ, ਹਾਂ ਉਹਨਾਂ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਿਆ, ਮਤਲਬ ਅਜੇ ਵੀ ਕੋਸ਼ਿਸ਼ ਹੁੰਦੀ ਹੈ ਵੀ ਕਿਤੋਂ ਨਾ ਕਿਤੋਂ ਕੁਝ ਸਿੱਖਿਆ ਜਾਵੇ ਜੀ। ਕਿਉਂਕਿ ਤੁਸੀਂ ਜਿਹੜਾ ਆਪਦਾ ਰਿਆਜ਼ ਕਰਨ ਤੋਂ ਬਾਅਦ ਤੁਸੀਂ ਉਸਤਾਦ ਵੀ ਧਾਰ ਲਿਆ ਜਸਦੇਵ ਜਮਲਾ ਜੀ ਨੂੰ, ਉਸ ਤੋਂ ਬਾਅਦ ਕਦੋਂ ਇਹ ਸਬੱਬ ਬਣਿਆ ਪਹਿਲਾਂ ਟਰੈਕ ਆਉਣ ਦਾ ਜੀ? ਇਹ ਜੀ ਸਬੱਬ ਬਹੁਤ ਵਧੀਆ ਬਣਿਆ ਜੀ, ਮੇਰਾ ਜੈਦੇਵ ਭਾਜੀ ਨਾਲ ਮੇਰਾ ਬਹੁਤ ਪਿਆਰ ਹੈ ਜੀ ਜੀ, ਹਾਂਜੀ, ਤੇ ਉਹਨਾਂ ਦੇ ਥਰੂ ਮੈਨੂੰ ਡੀਜੇ ਸਾਈ ਨਾਲ ਮੇਲ ਕਰਨ ਦਾ ਮੌਕਾ ਮਿਲਿਆ ਜੀ ਜੀ ਜੀ। ਮੇਰੀ ਜਿਹੜੀ ਫਸਟ ਐਲਬਮ ਡੀਜੇ ਸਹਿਜ ਦੇ ਨਾਲ ਕੋਲੈਬੋਰੇਸ਼ਨ ਆਈ ਸੀ, ਉਹਦੇ ਵਿੱਚ ਮਿਕਸ ਆਰਟਿਸਟ ਸਨ ਮਾਸਟਰ ਸਲੀਮ ਜੀ, ਮਿਸ ਪੂਜਾ ਜੀ, ਸਟੂਡੀਓ ਨੇਸ਼ਨ ਤੈਜ, ਸਾਇਰਾ ਖਾਨ ਤੇ ਮੇਰੇ ਵੀਰ ਜਿਹੜੇ ਅੱਜ ਇਸ ਦੁਨੀਆਂ ਤੇ ਨਹੀਂ, ਰਾਜ ਬਰਾੜ ਜੀ ਜੀ, ਇਹਨਾਂ ਸਾਰਿਆਂ ਦੇ ਨਾਲ ਮੇਰੀ ਫਸਟ ਐਲਬਮ ਰਿਲੀਜ਼ ਹੋਈ ਸੀ। ਐਲਬਮ ਦਾ ਨਾਮ ਸੀ ਅਮੈਰੀਕਨ ਦੇਸੀ ਜੀ, ਤੇ ਉਹਦੇ ਚ ਗਾਣਾ ਸੀ ਮੇਰਾ ਇੱਕ ਅਤਰੇ ਜੀ,
ਵੈਸੇ ਉਹਦਾ ਵਰਡ ਹੈਗਾ ਮੇਨ ਅਥਰੇ, ਬਟ ਡੀਜੇ ਸਹਿਜ ਨੇ ਉਹਨਾਂ ਦਾ ਨਾਮ ਅਤਰੇ ਲਿਖਤਾ, ਕਿਉਂਕਿ ਪ੍ਰੋਪਰ ਉਹਨਾਂ ਨੂੰ ਸਮਝ ਨਹੀਂ ਆਇਆ, ਉਹਨਾਂ ਨੇ ਅਤਰੇ ਹੀ ਲਿਖਤਾ ਤੇ ਉਹ ਅਤਰੇ ਨਾਮ ਦੇ ਨਾਲ ਹੀ ਮੇਰਾ ਗਾਣਾ ਉਹ ਹਿੱਟ ਹੋ ਗਿਆ ਸੀ ਜੀ। ਬਿਨਾਂ ਪ੍ਰਮੋਸ਼ਨ ਦੇ, ਬਿਨਾਂ ਵੀਡੀਓਜ਼ ਦੇ ਜੀ, ਉਹ ਗਾਣਾ ਆਪਣੇ ਆਪ ਹਿੱਟ ਹੋ ਗਿਆ, ਹਰ ਹਰ ਬੰਦੇ ਨੇ ਸੁਣਿਆ ਜੀ ਉਹ ਜੀ ਜੀ। ਕੀ ਉਹ ਦੋ ਲੈਣਾ ਤੁਸੀਂ ਹੁਣ ਇਸ ਟਾਈਮ ਆਪਣੇ? ਹਾਂਜੀ 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 ਕਰੋ ਜੀ। ਨਾ ਸੰਗਦੀ ਏ ਨਾ ਡਰਦੀ ਏ, ਤੂੰ ਮੌਜ ਮਸਤੀਆਂ ਕਰਦੀ ਏ, ਨਾ ਸੰਗਦੀ ਏ ਨਾ ਡਰਦੀ ਏ, ਤੂੰ ਮੌਜ ਮਸਤੀਆਂ ਕਰਦੀ ਏ, ਤੇਰੇ ਬੁੱਲਾਂ ਤੇ ਮੁਸਕਾਨ ਰਹਿੰਦੀ ਨੇ, ਤਮੋੜਾਂ ਉੱਤੇ ਖੜਦੀ ਏ, ਬਚ ਜਾ ਚੱਕਣੇ ਨੂੰ ਕਾਲੇ ਅੱਥਰੇ ਟਲਦੇ ਨਾ ਟਾਲੇ। ਬਿਲਕੁਲ ਜੀ, ਇਹ ਜਿਹੜਾ ਸਿੰਗਲ ਟਰੈਕ ਤੋਂ ਬਾਅਦ ਇਹ ਪੂਰੀ ਕੈਸਟ ਆਈ ਸੀ ਤੁਹਾਡੀ ਜੀ? ਨਹੀਂ, ਇਹਦੇ ਚ ਬਾਕੀ ਸਾਰੇ ਜਿਹੜੇ ਆਰਟਿਸਟ ਸੀ ਉਹਨਾਂ ਦਾ ਇੱਕ ਇੱਕ ਸੌਂਗ ਸੀ, ਮੇਰੇ ਉਹਦੇ ਚ ਦੋ ਸੌਂਗ ਸੀ, ਇੱਕ ਪਿੰਡ ਵਿੱਚ ਬੱਲੇ ਬੱਲੇ ਤੇ ਇੱਕ ਅਮੈਰੀਕਾ ਅਤਰੇ ਜੀ। ਹਾਂਜੀ ਜੀ ਜੀ ਬਿਲਕੁਲ। ਉਸ ਤੋਂ ਬਾਅਦ ਇਹ ਜਿਹੜਾ ਦੌਰ ਸੀ ਫਿਰ ਲਗਾਤਾਰ ਹੀ ਸ਼ੁਰੂ ਹੋ ਗਿਆ ਟਰੈਕਾਂ ਦਾ? ਹਾਂਜੀ, ਉਸ ਤੋਂ ਬਾਅਦ ਐਪਲ ਬੋਟਮ ਜੀਨਸ, ਬੈਡ ਬੋਇਜ ਤੇ ਆਪਣਾ ਇੱਕ ਤਲਾਕ ਗਾਣਾ ਸੀ, ਆਪਣਾ ਤੁਸੀਂ ਬੇਵਫਾ, ਫਿਰ ਕਾਫੀ ਸਾਰੇ ਗਾਣੇ ਜਿਹੜੇ ਉਸ ਤੋਂ ਬਾਅਦ ਮੈਂ ਰਿਲੀਜ਼ ਕੀਤੇ। ਹਾਂਜੀ ਜੀ, ਇੱਕ ਬਿਰਦੀ ਸਾਹਿਬ ਗੱਲ ਇਹ ਦੇਖਣ ਚ ਆਉਂਦੀ ਹੈ ਨਾ, ਅੱਜ ਕੱਲ ਤਾਂ ਚਲੋ ਜਿਹੜਾ ਜਿਹੜਾ ਮੁਕਾਬਲਾ ਬਹੁਤ ਕੰਪੀਟੀਸ਼ਨ ਜਿਹੜਾ ਉਹ ਬਹੁਤ ਸਖਤ ਹੋ ਗਿਆ। ਹਾਂਜੀ ਹਾਂਜੀ ਬਿਲਕੁਲ। ਮਾਰਕੀਟ ਦੇ ਵਿੱਚ ਅੱਜ ਜਿਹੜਾ ਪੈਸੇ ਦਾ ਜਿਹੜਾ ਬੋਲਬਾਲਾ ਗਾ, ਉਹਦੇ ਨਾਲ ਜਿਹੜਾ ਗਾਇਕੀ ਆ, ਚਾਹੇ ਤਾਂ ਕਈ ਐਸੇ ਸਿੰਗਰ ਵੀ ਆ, ਪਰ ਮੈਂ ਕੋਈ ਗੱਲ ਕਹਿਣਾ ਇਸ ਗੱਲ ਤੇ ਜਿਹੜਾ ਮੈਂ ਗੱਲ ਛਪਾਉਂਗਾ ਨੀ, ਬਹੁਤੇ ਸਿੰਗਰ ਇਹ ਵੀ ਜਿਨ੍ਹਾਂ ਨੂੰ ਗਾਉਣਾ ਵੀ ਨੀ ਆਉਂਦਾ, ਸੁਰ ਵੀ ਨੀ, ਜਿਹੜੇ ਸਿੱਖੇ ਵੀ ਨੀ ਕਿਸੇ ਤੋਂ। ਹਾਂਜੀ, ਉਹ ਜਿਹੜਾ ਕੰਪਿਊਟਰ ਦੇ ਰਾਹੀਂ ਆਵਾਜ਼ ਆ ਉਹ ਡਬ ਕਰਵਾ ਕੇ ਹਨਾ ਪੈਸੇ ਦੇ ਸਿਰ ਤੇ ਜਿਹੜਾ ਮਾਰਕੀਟ ਦੇ ਵਿੱਚ ਆ ਜਾਂਦੇ ਆ। ਹਾਂਜੀ, ਤੁਹਾਨੂੰ ਕੀ ਲੱਗਦਾ ਪਹਿਲਾਂ ਵਾਲੀ ਗਾਇਕੀ ਤੇ ਹੁਣ ਵਾਲੀ ਗਾਇਕੀ ਚ ਕਿੰਨਾ ਫਰਕ ਆ? ਪਹਿਲਾਂ ਵਾਲੀ ਗਾਇਕੀ ਤੇ ਹੁਣ ਵਾਲੀ ਗਾਇਕੀ ਚ ਜ਼ਮੀਨ ਅਸਮਾਨ ਦਾ ਫਰਕ ਆਪਾਂ ਕਹਿ ਸਕਦੇ ਹਾਂ ਜੀ। ਹੁਣ ਪਹਿਲਾਂ ਜਿਹੜਾ ਆਪਾਂ ਗਾਣਾ ਗਾਉਂਦੇ ਸੀ ਉਹ ਵਨ ਟੇਕ ਹੋ ਕੇ ਹੁੰਦਾ ਸੀ ਜੀ ਜੀ, ਅਤੇ ਹੁਣ ਆਪਾਂ ਇੱਕ ਹੀ ਗਾਣਾ ਗਾਉਣ ਵਾਸਤੇ ਜੀ, ਅਸੀਂ ਜੇ ਫਸਟ ਟਾਈਮ ਸਾਡੇ ਕੋਲੋਂ ਨਹੀਂ ਗਾਇਆ ਗਿਆ ਅਸੀਂ ਸੈਕਿੰਡ ਡੇ ਫੇਰ ਗਾ ਸਕਦੇ ਹਾਂ, ਥਰਡ ਡੇ ਫੇਰ ਗਾ ਸਕਦੇ ਹਾਂ, ਜੇ ਉਹਦੇ ਵਿੱਚ ਕੋਈ ਵਰਡ ਮਿਸ ਹੋ ਗਿਆ ਆਪਾਂ ਇੱਕ ਵਰਡ ਵੀ ਠੀਕ ਕਰ ਸਕਦੇ ਹਾਂ, ਮਤਲਬ ਹੁਣ ਬਹੁਤ ਈਜ਼ੀ ਆ, ਹਰ ਬੰਦਾ ਗਾਣਾ ਗਾ ਸਕਦਾ ਮੇਰੇ ਮੁਤਾਬਿਕ ਜੀ ਜੀ। ਬਟ ਇਹ ਕਿ ਜੇ ਆਪਾਂ ਸਿੱਖ ਕੇ ਗਾਉਂਦੇ ਹਾਂ ਤੇ ਉਹਦਾ ਮਜ਼ਾ ਅਲੱਗ ਹੈ ਜੀ, ਕਿਉਂਕਿ ਬਿਲਕੁਲ ਜਿਹੜੀ ਚੀਜ਼ ਨੂੰ ਆਪਾਂ ਕਰਨਾ ਉਹਦੇ ਬਾਰੇ ਘੱਟੋ ਘੱਟ ਆਪਾਂ ਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਉਹਦੀ ਜਿਹੜੀ ਹਿਸਟਰੀ ਕੀ ਆ ਉਸੇ। ਹਾਂਜੀ, ਟਰੈਕ ਉਹਦੀ। ਹੈਲੋ ਜੀ ਜੀ, ਹਾਂਜੀ ਮਿਸ ਹੋ ਗਈ ਸੀ ਵਾਇਸ ਤੁਹਾਡੀ ਜੀ ਜੀ। ਹਾਂਜੀ, ਮੈਂ ਕਹਿ ਰਿਹਾ ਸੀ ਘੱਟੋ ਘੱਟ ਜਿਹੜੇ ਫੀਲਡ ਲਈ ਆਪਾਂ ਕੰਮ ਕਰ ਰਹੇ ਹਾਂ ਉਹਦੇ ਵਾਸਤੇ ਆਪਾਂ ਨੂੰ ਘੱਟੋ ਘੱਟ ਜਿਹੜਾ ਪਤਾ ਹੋਣਾ ਚਾਹੀਦਾ ਗਾ। ਬਿਲਕੁਲ ਜੀ, ਹਾਂਜੀ ਬਿਲਕੁਲ ਜੀ। ਉਸ ਤੋਂ ਪਹਿਲਾਂ ਇੱਕ ਸਵਾਲ ਜਿਹੜਾ ਕਮੈਂਟ ਦੇ ਵਿੱਚ ਆਇਆ ਜੀ, ਆਪਾਂ ਸਾਂਝਾ ਕਰ ਲਏ, ਬਹਾਦਰ ਸਿੰਘ ਬੁੱਲੋਵਾਲ ਨੇ ਕੀਤਾ ਜੀ, ਉਹ ਕਹਿੰਦੇ ਜੀ ਬਿਰਦੀ ਸਾਹਿਬ ਤੁਸੀਂ ਸਮਾਜ ਨੂੰ ਸੇਧ ਦੇਣ ਲਈ ਕੁਝ ਲਿਖ ਰਹੇ ਹੋ, ਕਿਉਂਕਿ ਅੱਜ ਕੱਲ ਗਾਇਕੀ ਬਦਨਾਮ ਬਹੁਤ ਕਰ ਦਿੱਤੀ ਹੈ ਜਿਸ ਤਰ੍ਹਾਂ ਅਸੀਂ ਹਰ ਰੋਜ਼ ਸੁਣ ਰਹੇ ਹਾਂ ਗੀਤ ਅੱਜ ਦੇ। ਹਾਂਜੀ ਬਿਲਕੁਲ, ਇੱਕ ਤੇ ਮੇਰਾ ਗਾਣਾ ਹੁਣ ਰਿਲੀਜ਼ ਹੋ ਰਿਹਾ ਜੀ, ਇੱਥੇ ਆਪਣੇ ਬ੍ਰਦਰ ਨੇ ਬਹੁਤ ਵਧੀਆ ਇਨਸਾਨ ਵੀ ਨੇ ਜੀ, ਉਹ ਹੈਗੇ ਨੇ ਖੰਨੇ ਤੋਂ, ਸੋਨੂੰ ਬਾਈ ਖੰਨਾ ਵਾਲਾ, ਤੇ ਉਹਨਾਂ ਦੀ ਆਵਾਜ਼ ਚ ਇੱਕ ਗਾਣਾ ਮੇਰਾ ਰਿਲੀਜ਼ ਹੋ ਰਿਹਾ ਜੀ, ਉਹ ਸਾਈਂ ਜੀ ਤੇ ਗਾਣਾ, ਮੈਂ ਤੁਹਾਨੂੰ ਉਹਦੇ ਬੋਲ ਸੁਣਾਉਣਾ ਦੋ ਜੀ ਜੀ। ਓ ਬਾਬਾ ਮੇਰੇ ਸਾਈਆਂ, ਓ ਬਾਬਾ ਮੇਰੇ ਸਾਈਆਂ, ਸੁਣ ਲੈ ਫਰਿਆਦ ਜੀ, ਉਹ ਨਾ ਤੇਰੇ ਤੋਂ ਕੋਈ ਅੱਗੇ ਨਾ ਤੇਰੇ ਤੋਂ ਬਾਅਦ ਜੀ, ਓ ਬਾਬਾ ਮੇਰੇ ਸਾਈਆਂ, ਬਾਬਾ ਮੇਰੇ ਸਾਈਆਂ। ਤੇ ਹਾਂ, ਇਸ ਤੋਂ ਇਲਾਵਾ ਇੱਕ ਗਾਣਾ ਮੇਰਾ ਆਪਣਾ ਰਿਲੀਜ਼ ਹੋ ਰਿਹਾ, ਉਹ ਮਾਂ ਤੇ ਹੈ ਜੀ, ਮਾਂ ਸਾਡੇ ਲਈ ਕੀ ਕੀ ਕਰਦੀ ਹੈ ਔਰ ਮਾਂ ਦੀ ਰਿਸਪੈਕਟ ਕਿੱਦਾਂ ਕਰਨੀ ਚਾਹੀਦੀ ਹੈ, ਹਨਾ ਕਿੰਨੇ ਦੁੱਖ ਝੇਲਦੀ ਹੈ ਮਾਂ ਸਾਡੇ ਲਈ ਜੀ, ਤੇ ਕਿਉਂਕਿ ਮੈਂ ਉਹ ਚੀਜ਼ ਫੀਲ ਕਰਦਾ ਜੀ, ਜਿਹਦੇ ਕੋਲ ਜੋ ਚੀਜ਼ ਹੈਗੀ ਉਹ ਉਹਨਾਂ ਉਹਨੂੰ ਮਿਸ ਨਹੀਂ ਕਰਦਾ, ਜਿਹਦੇ ਕੋਲ ਨਹੀਂ ਹੈਗੀ ਉਹਨੂੰ ਉਹ ਚੀਜ਼ ਦਾ ਪਤਾ ਚੱਲਦਾ, ਉਸ ਚੀਜ਼ ਦਾ ਅਹਿਸਾਸ ਹੁੰਦਾ ਵੀ ਆਹ ਚੀਜ਼ ਮੇਰੇ ਕੋਲ ਲਾਈਫ 'ਚ ਮਿਸ ਹੋ ਗਈ, ਤੇ ਉਹ ਬੰਦਾ ਹਰ ਟਾਈਮ ਹਰ ਵਕਤ ਰਿਅਲਾਈਜ਼ ਕਰਦਾ ਕਿ ਕਾਸ਼ ਮੇਰੇ ਕੋਲ ਹੁੰਦੀ ਸ਼ਾਇਦ ਮੇਰਾ ਟਾਈਮ ਕੁਛ ਹੋਰ ਬੈਟਰ ਹੁੰਦਾ ਇਹਦੇ ਨਾਲੋਂ। ਤੇ ਮੈਂ ਆਪਣਾ ਇੱਕ ਉਹ ਗਾਣਾ ਨਾ ਮਾਂ ਨੂੰ ਡੈਡੀਕੇਟ ਕਰ ਰਿਹਾ, ਮਾਂ ਵਾਸਤੇ ਲਿਖਿਆ, ਜਦੋਂ ਮੈਂ ਉਹ ਖੁਦ ਵੀ ਗਾਉਂਦਾ ਤੇ ਮੇਰਾ ਆਪਣਾ ਮਨ ਭਰ ਜਾਂਦਾ,
ਤੇ ਉਹ ਮੇਰਾ ਗਾਣਾ ਮੇਰੀ ਆਵਾਜ਼ 'ਚ ਰਿਲੀਜ਼ ਹੋਣਾ ਬਸ ਜਲਦੀ ਹੁਣ। ਜੀ ਬਿਲਕੁਲ ਜੀ, ਕਿਉਂਕਿ ਅੱਗੇ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਆਪਾਂ ਉਹ ਗੀਤ ਵੀ ਤੁਹਾਡੇ ਤੋਂ ਜਿਹੜਾ ਆਨੰਦ ਮਾਣਾਂਗੇ। ਸਾਡੇ ਨਾਲ ਹਾਂਜੀ ਰਾਣਾ ਮਾਨ ਜੀ ਜੁੜੇ ਨੇ ਜੀ ਪੰਜਾਬ ਪੁਲਿਸ। ਹਾਂਜੀ ਹਾਂਜੀ, ਸ਼ੁਕਰੀਆ ਵੀਰ ਜੀ। ਅੰਗਰੇਜ਼ ਸਿੰਘ ਭਦੌੜੀਆ ਉਹ ਵੀ ਪੰਜਾਬ ਪੁਲਿਸ ਜੁੜੇ ਨੇ ਤੇ ਲੰਬੇ ਸਮੇਂ ਤੋਂ ਫਰਮਾਇਸ਼ ਕਰਦੇ ਆ ਰਹੇ ਸੀ। ਸਟੂਡੀਓ ਥੋੜੀ ਦੇਖਿਆ ਉਹ ਤੁਸੀਂ ਵਧੀਆ ਬਣਾਉਣ ਲੱਗ ਜੀ, ਅਸੀਂ ਪ੍ਰੋਫੈਸ਼ਨਲ ਸਟੂਡੀਓ ਬਣਾਤਾ। ਤੇ ਜੱਗੀਆਂ ਨੇ ਤੋਂ ਵੀਰ ਜੁੜੇ ਨੇ ਗੱਗਾ ਜੀ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਅੱਜ ਸਾਡੇ ਨਾਲ ਜਿੰਨੇ ਸਰੋਤੇ ਨਵੇਂ ਜੁੜੇ ਨੇ ਮੈਂ ਉਹਨਾਂ ਨੂੰ ਦੱਸ ਦੇਵਾਂ, ਸਾਡੇ ਨਾਲ ਅੱਜ ਸਤਵਿੰਦਰ ਬਿਰਦੀ ਜੀ ਪੰਜਾਬੀ ਦੇ ਪ੍ਰਸਿੱਧ ਗਾਇਕ ਨੇ ਤੇ ਲੰਬੇ ਸਮੇਂ ਤੋਂ ਇੰਡਸਟਰੀ ਦੇ ਵਿੱਚ ਆਪਣਾ ਜਿਹੜਾ ਕਲਾਕਾਰੀ ਦੇ ਜੌਹਰ ਆ ਉਹ ਦਿਖਾ ਰਹੇ ਨੇ। ਪੰਜਾਬੀਆਂ ਦੀ ਮਾਂ ਬੋਲੀ ਦੀ ਝੋਲੀ ਦੇ ਵਿੱਚ ਚੰਗੇ ਚੰਗੇ ਜਿਹੜੇ ਗੀਤ ਆ ਉਹ ਪਾ ਰਹੇ ਨੇ। ਸਾਡੇ ਜੀ ਲੰਬੇ ਸਮੇਂ ਤੋਂ ਕੋਰਸ ਸੀ ਇਹਨਾਂ ਨਾਲ ਸੰਪਰਕ ਕਰਨ ਲਈ, ਇਹਨਾਂ ਜਿਹੜਾ ਸਮਾਂ ਸੀ ਉਹ ਥੋੜ੍ਹਾ ਰਜੇਵਿਆਂ ਭਰਿਆ ਸੀ, ਫਿਰ ਵੀ ਅਸੀਂ ਜਿਹੜਾ ਸਮਾਂ ਉਹ ਲੈ ਕੇ ਆਉਂਦਾ ਗਾ। ਬੱਲੋਵਾਲ ਸਾਹਿਬ ਇੱਕ ਸਵਾਲ ਹੋਰ ਲੈ ਕੇ ਆਏ ਨੇ, ਕਹਿੰਦੇ ਬੇਨਤੀ ਹੈ ਬਿਰਦੀ ਸਾਹਿਬ ਕਿ ਅੱਜ ਦੀ ਰਾਜਨੀਤੀ ਤੇ ਅੱਜ ਦੀ ਰਾਜਨੀਤੀ ਦੇ ਵੀ ਤੁਸੀਂ ਕੁਛ ਲਿਖ ਰਹੇ ਹੋ। ਰਾਜਨੀਤੀ ਤੇ ਮੈਂ ਇੱਕ ਗਾਣਾ ਮੈਂ ਤੁਹਾਨੂੰ ਸੁਣਾਉਣਾ, ਮੈਂ ਨਾ ਨਸ਼ਿਆਂ ਤੇ ਗਾਣਾ ਲਿਖਿਆ ਸੀ ਜੀ, ਤੇ ਮੈਂ ਅੱਜ ਤੁਹਾਨੂੰ ਉਹ ਸੁਣਾ ਹੀ ਦਿੰਦਾ ਜੀ। ਜੀ ਉਹਦਾ ਵੀ ਮਿਊਜ਼ਿਕ ਚੱਲ ਰਿਹਾ ਵੈਸੇ ਜੀ, ਤੇ ਆਲਮੋਸਟ ਰੈਡੀ ਆ, ਬਸ ਉਹ ਵੀ ਜਲਦੀ ਆਪਾਂ ਰਿਲੀਜ਼ ਕਰਾਂਗੇ। ਮੈਂ ਤੁਹਾਨੂੰ ਸੁਣਾਉਣਾ ਰਾਜਨੀਤੀ ਦੇ ਗਾਣਾ ਉਹ ਜੀ। ਬਿਲਕੁਲ। ਖਾ ਗਈ ਬੱਚੇ ਜਵਾਨ ਵੀ ਖਾ ਗਈ, ਕਿੱਥੋਂ ਨਸ਼ਾ ਬਿਮਾਰੀ ਆ ਗਈ, ਜੋ ਖੇਡ ਰਿਹਾ ਮਜ਼ਲੂਮਾਨਾ ਸਮਝਾਈ, ਓਏ ਰੱਬਾ ਮੇਰਾ ਉਜੜ ਗਿਆ, ਮੇਰਾ ਉਜੜ ਗਿਆ, ਉਹ ਮੇਰਾ ਉਜੜ ਗਿਆ, ਪੰਜਾਬ ਤੂੰ ਆਣ ਬਚਾਈ, ਓਏ ਰੱਬਾ ਮੇਰਾ ਉਜੜ ਗਿਆ, ਪੰਜਾਬ ਤੂੰ ਆਣ ਬਚਾਈ, ਓਏ ਰੱਬਾ ਵੇਚ ਵੇਚ ਕੇ ਜ਼ਹਿਰ ਪਾਪੀ ਪਏ ਜੇਬਾਂ ਪਲਦੇ ਨੇ, ਉਹ ਕਿਸੇ ਦਾ ਕੁਝ ਨੀ ਜਾਂਦਾ, ਪੁੱਤ ਬੇਗਾਨੇ ਮਰਦੇ ਨੇ, ਵੇਚ ਵੇਚ ਕੇ ਜ਼ਹਿਰ ਪਾਪੀ ਪਏ ਜੇਬਾਂ ਪਰਦੇ ਨੇ, ਉਹ ਕਿਸੇ ਦਾ ਕੁਝ ਨੀ ਜਾਂਦਾ, ਪੁੱਤ ਬੇਗਾਨੇ ਮਰਦੇ ਨੇ, ਉਹ ਅੱਜ ਤੱਕ ਕਿਤੇ ਨਾ ਹੋਈ ਏ ਸੁਣਵਾਈ, ਓਏ ਰੱਬਾ ਮੇਰਾ ਉਜੜ ਗਿਆ, ਮੇਰਾ ਉਜੜ ਗਿਆ, ਉਹ ਮੇਰਾ ਉਜੜ ਗਿਆ, ਪੰਜਾਬ ਆਣ ਬਚਾਈ, ਓਏ ਰੱਬਾ ਮੇਰਾ ਉਜੜ ਗਿਆ, ਪੰਜਾਬ ਆਣ ਬਚਾਈ, ਓਏ ਰੱਬਾ। ਕੁਛ ਇਸ ਤਰ੍ਹਾਂ ਦਾ ਬਸ ਥੋੜਾ ਬਹੁਤ। ਵਾਹ ਜੀ ਵਾਹ, ਮੈਂ ਕਹਿਣਾ ਤੁਸੀਂ ਜਿਹੜੇ ਬਹੁਤ ਵਧੀਆ ਜਿਹੜਾ ਇਹ ਜਿਹੜਾ ਇਹ ਗੀਤ ਆ, ਮੈਂ ਕਹਿਣਾ ਅੱਜ ਦੇ ਟਾਈਮ ਦੇ ਵਿੱਚ ਪੂਰੀ ਰਿਐਲਿਟੀ ਆ, ਪੂਰੀ ਸੱਚਾਈ ਆ, ਕਿਉਂਕਿ ਆਪਣਾ ਪੰਜਾਬ ਆ ਬਿਲਕੁਲ ਉਜੜ, ਆਪਾਂ ਮੈਂ ਤਾਂ ਕਹੂੰਗਾ ਵੀ ਹੁਣ ਉਜੜ ਹੀ ਚੁੱਕਿਆ, ਕਿਉਂਕਿ ਅੱਜ ਸਿਸਟਮ ਆ ਉਹ ਕਰਪਟ ਹੋ ਚੁੱਕਿਆ ਗਾ, ਨਸ਼ੇ ਆ ਹਰ ਥਾਂ ਸਾਨੂੰ ਜਿਹੜੇ ਮਿਲਦੇ ਆ, ਪੰਜਾਬ ਸਰਕਾਰ ਵੱਲੋਂ ਜਿਹੜਾ ਗੁਟਕਾ ਚੱਕ ਕੇ ਸਹੁੰ ਖਾਣ ਦੇ ਬਾਵਜੂਦ ਵੀ ਅੱਜ ਜਿਹੜਾ ਨਸ਼ਾ ਉਹ ਸਮਾਂ ਦੀ ਮਹਿੰਗਾ ਹੋ ਕੇ ਹੋਰ ਮਿਲਣ ਲੱਗ ਗਿਆ, ਜਿਹੜਾ ਜਿਹੜਾ ਨਸ਼ੇ ਕਰਦਾ ਉਹ ਤਾਂ ਹਰ ਹਿੱਲ ਕਰਕੇ ਜਿਹੜਾ ਕਿਵੇਂ ਨਾ ਕਿਵੇਂ ਨਸ਼ਾ ਜਿਹੜਾ ਉਹਦੀ ਮਾਤਰਾ ਉਹ ਕਿਤੋਂ ਨਾ ਕਿਤੋਂ ਲਊਗਾ, ਚਾਹੇ ਉਹ ਕੁਛ ਵੇਚੇ। ਇਸ ਕਰਕੇ ਜਿਹੜਾ ਸਿਸਟਮ ਆ ਜਿਹੜਾ ਪੰਜਾਬ ਉਹ ਜੁੜ ਚੁੱਕਿਆ, ਕਿਉਂਕਿ ਪੰਜਾਬ ਦੀ ਜਵਾਨੀ ਕਿਸੇ ਕੰਮ ਦੀ ਨਹੀਂ, ਕਿਉਂਕਿ ਬੇਰੁਜ਼ਗਾਰ ਹੋ ਗਈ। ਸਰਕਾਰਾਂ ਦੀਆਂ ਪਾਲਿਸੀਆਂ ਨੇ ਫ੍ਰੀ ਨੈੱਟ ਦੇਣਾ ਜਾਂ ਹੋਰ ਇਹਨਾਂ 'ਚ ਉਲਝਾ ਕੇ ਇਹਨਾਂ ਨੂੰ ਜਿਹੜਾ ਰੁਜ਼ਗਾਰ ਵੱਲ ਇਹਨਾਂ ਧਿਆਨ ਨਹੀਂ, ਅਤੇ ਇਸ ਕਰਕੇ ਖੁਦਕੁਸ਼ੀਆਂ ਵੱਧ ਰਹੀਆਂ ਨੇ। ਪੂਰੀ ਮੈਂ ਕਹਿੰਦਾ ਸੱਚਾਈ ਇਸ ਤੁਸੀਂ ਜਿਹੜਾ ਗੀਤ ਦੇ ਵਿੱਚ ਲੈ ਕੇ ਆਏ ਹੋ। ਸੋ ਬੱਲੋਵਾਲ ਸਾਹਿਬ, ਮੈਂ ਤੁਹਾਡਾ ਅਗਲਾ ਜਿਹੜਾ ਸਵਾਲ ਆ ਉਹ ਇਹਨਾਂ ਨਾਲ ਫੇਰ ਸਾਂਝਾ ਕਰੂੰਗਾ, ਉਸ ਤੋਂ ਪਹਿਲਾਂ ਜਿਹੜਾ ਇੱਕ ਅੱਧਾ ਸਵਾਲ ਆ ਉਹ ਆਪਾਂ ਹੋਰ ਇਹਨਾਂ ਨਾਲ ਸਾਂਝਾ ਕਰ ਲਈਏ। ਮੈਂ ਪੁੱਛਣਾ ਚਾਹੁੰਦਾ ਬਿਰਦੀ ਸਾਹਿਬ, ਆਪਣੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੇ ਕਿੰਨਾ ਕੁ ਸਪੋਰਟ ਕਰ ਰਹੇ ਨੇ ਗਾਇਕੀ ਦੇ ਵਿੱਚ? ਫੈਮਿਲੀ ਵੱਲੋਂ ਮੈਨੂੰ ਫੁੱਲ ਸਪੋਰਟ ਹੈ, ਜਿੰਨੀ ਵੀ ਉਹਨਾਂ ਕੋਲ ਹੁੰਦੀ ਹੈ ਉਨੀ ਕੁ ਕਰਦੇ ਨੇ, ਜਿੰਨੀ ਕੁ ਉਹਨਾਂ ਨੂੰ ਮਿਊਜ਼ਿਕ ਦੀ ਸਮਝ ਹੈ ਉਹਦੇ ਅਕੋਰਡਿੰਗਲੀ ਮੈਨੂੰ ਫੁੱਲ ਸਪੋਰਟ ਹੈ। ਮੇਰੇ ਫਾਦਰ ਸਾਹਿਬ ਨੇ ਤੇ ਮੇਰਾ ਬ੍ਰਦਰ ਹੈ ਇੱਕ, ਉਹ ਮੈਰਿਡ ਹੈ, ਉਹਦੇ ਦੋ ਬੇਟੇ ਨੇ ਜੀ, ਤੇ ਦੋ ਮੇਰੀ ਸਿਸਟਰ ਨੇ, ਅਸੀਂ ਚਾਰ ਭੈਣ ਭਰਾ ਜੀ। ਜੀ ਜੀ ਹਾਂਜੀ ਜੀ ਬਿਲਕੁਲ। ਜਦੋਂ ਤੁਸੀਂ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਗਾ, ਘਰਦਿਆਂ ਨੇ ਕੀ ਕਿਹਾ ਵੀ ਕਹੇ ਜਾਣਾ ਕੰਮ, ਕਿਉਂਕਿ ਜ਼ਿਆਦਾਤਰ ਇਹਨੂੰ ਚੰਗਾ ਨਹੀਂ ਗਿਣਿਆ ਜਾਂਦਾ ਗਾਇਕੀ ਨੂੰ? ਮੈਂ ਤੁਹਾਨੂੰ ਦੱਸਦਾ, ਇਹ ਵੀ ਇਹਦੇ ਪਿੱਛੇ ਵੀ ਨਾ ਜਿਸ ਤਰ੍ਹਾਂ ਲਾਈਕ ਸਟਾਰਟਿੰਗ ਤੇ ਪਿੰਡ 'ਚ ਮਾਹੌਲ ਉਦਾਂ ਦਾ, ਹੁਣ ਜਦੋਂ ਬੰਦਾ ਗਾਏਗਾ ਉਹਦੀ ਆਵਾਜ਼ ਓਬਵੀਅਸਲੀ ਬਾਹਰ ਤੇ ਜਾਏਗੀ, ਹੈ ਨਾ? ਜੀ ਜੀ ਬਿਲਕੁਲ। ਤੇ ਲੋਕਾਂ ਨੇ ਕਈਆਂ ਨੂੰ ਮਜ਼ਾਕ ਉਡਾਉਣਾ, ਉਹ ਫਲਾਣਿਆਂ ਦਾ ਮੁੰਡਾ ਤਾਂ ਸ਼ਦਾਈ ਹੋ ਗਿਆ ਵੀ ਆ ਆ ਕਰਦਾ ਰਹਿੰਦਾ ਪੂਰਾ ਦਿਨ,
ਇਹ ਪ੍ਰੋਬਲਮ ਸਟਾਰਟਿੰਗ ਤੇ ਹੋਈਆਂ, ਫਿਰ ਜਦੋਂ ਗੁਰਦੁਆਰਾ ਸਾਹਿਬ ਕਿਤੇ ਜਾ ਕੇ ਗਾਉਣਾ ਯਾਰ ਫਲਾਣੇ ਦਾ ਮੁੰਡਾ ਬਹੁਤ ਵਧੀਆ ਗਾਉਂਦਾ ਯਾਰ ਬੜਾ ਅੱਛਾ, ਫਿਰ ਜਦੋਂ ਲੋਕਾਂ ਨੂੰ ਹੌਲੀ ਹੌਲੀ ਸਮਝ ਆਉਣੀ ਸ਼ੁਰੂ ਹੋ ਗਈ ਵੀ ਇਹ ਤਾਂ ਹੀ ਆ ਕਰਦਾ ਕਿਉਂਕਿ ਇਹ ਰਿਆਜ਼ ਕਰਦਾ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਤੰਗ ਕਰਨਾ ਥੋੜਾ ਘੱਟ ਕਰਤਾ, ਮਤਲਬ ਫਿਰ ਵੀ ਕਿਤੇ ਨਾ ਕਿਤੇ ਇਕੱਠੇ ਹੋਣਾ, ਫਿਰ ਕਹਿਣਾ ਹੁਣ ਨੀ, ਕਈ ਵਾਰੀ ਟੌਂਚ ਮਾਰਨੀ ਜਿਸ ਤਰ੍ਹਾਂ ਆਪਾਂ ਟੌਂਚ ਮਾਰ ਦਿੰਦੇ ਹਾਂ ਯਾਰ ਉਹ ਗਾਣਾ ਸੁਣਾ, ਜੋ ਕੋਈ ਨੀ ਬਾਅਦ ਚ ਸੁਣਾਉਣਾ, ਉਹਨਾਂ ਨੇ ਕਹਿਣਾ ਘਰੇ ਤੂੰ ਰਿੰਗਦਾ ਰਹਿੰਦਾ ਕੱਟੇ ਇੱਥੇ ਸੁਣਾਉਂਦਾ ਨੀ, ਕਈ ਵਾਰੀ ਏਦਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਤੁਹਾਨੂੰ। ਜੀ ਬਿਲਕੁਲ, ਕਿਉਂਕਿ ਪਿੰਡਾਂ ਦੇ ਵਿੱਚ ਥੋੜਾ ਜਿਹਾ ਮਜ਼ਾਕੀਆ ਹੁੰਦਾ ਹਨਾ ਜਿਹੜਾ ਇਸ ਚੀਜ਼ ਨੂੰ, ਬਾਅਦ ਚ ਜਦੋਂ ਕੋਈ ਸਕਸੈਸ ਹੋ ਜਾਂਦਾ ਬੰਦਾ ਸਫਲਤਾ ਹਾਸਲ ਕਰ ਲੈਂਦਾ ਆਓ ਕਰੀਏ ਦਸਤਾਰ ਦੀ ਗੱਲ, ਸਿੱਖੀ ਨਾਲ ਪਿਆਰ ਦੀ ਗੱਲ, ਆਓ ਕਰੀਏ ਦਸਤਾਰ ਦੀ ਗੱਲ, ਸਿੱਖੀ ਨਾਲ ਪਿਆਰ ਦੀ ਗੱਲ। ਕੁਛ ਇਸ ਤਰ੍ਹਾਂ ਦਾ ਸੌਂਗ ਸੀ ਜਿਹੜਾ ਉਹ ਰਿਕਾਰਡ ਹੋ ਰਿਹਾ ਮੇਰਾ। ਤੇ ਇੱਕ ਹੋਰ ਬਹੁਤ ਵਧੀਆ ਗਾਣਾ ਪਗੜੀ ਦੇ ਰਿਲੇਟਡ ਉਹ ਅਸੀਂ ਕਰ ਰਹੇ ਹਾਂ, ਉਹ ਮੈਂ ਤੁਹਾਨੂੰ ਸੁਣਾਉਣਾ ਥੋੜਾ ਜਿਹਾ। ਮੈਂ ਸੁਣਿਆ ਪਗੜੀ ਸੈਂਟਰ ਤੇ ਇੱਕ ਗੋਰਾ ਬਈ ਕੀ ਕਰਦਾ, ਮੈਂ ਸੁਣਿਆ ਪਗੜੀ ਸੈਂਟਰ ਤੇ ਇੱਕ ਗੋਰਾ ਬਈ ਕੀ ਕਰਦਾ, ਕਹਿੰਦਾ ਵੇਖ ਕੇ ਸ਼ਾਨ ਪੰਜਾਬੀਆਂ ਦੀ ਹੋ, ਕਹਿੰਦਾ ਵੇਖ ਕੇ ਸ਼ਾਨ ਪੰਜਾਬੀਆਂ ਦੀ, ਮੇਰਾ ਪੱਗ ਬੰਨਣ ਨੂੰ ਜੀ ਕਰਦਾ, ਮੈਂ ਸੋਚਿਆ ਪਗੜੀ ਸੈਂਟਰ ਤੇ ਇੱਕ ਗੋਰਾ ਬਈ ਕੀ ਕਰਦਾ। ਇਸ ਤਰ੍ਹਾਂ ਦੇ ਗਾਣੇ ਮੇਰਾ ਆਪਣਾ ਸ਼ੌਕ ਵੀ ਮੈਂ ਕਰਾਂ ਪਲੀਜ਼। ਜੀ ਬਿਲਕੁਲ ਜੀ, ਕਿਉਂਕਿ ਹਰ ਤਰ੍ਹਾਂ ਦਾ ਜਿਹੜਾ ਬੰਨਗੀ ਉਹ ਲੈ ਕੇ ਆਉਣੀ ਚਾਹੀਦੀ ਹੈ, ਕਿਉਂਕਿ ਗਾਇਕ ਦਾ ਹਾਂਜੀ ਹਾਂਜੀ ਬਿਲਕੁਲ ਇੱਕ ਪੱਖੀ ਹੋ ਕੇ ਨਹੀਂ ਚੱਲਣਾ ਚਾਹੀਦਾ। ਜਿਹੜੇ ਸਮਾਜ ਦੇ ਵਿੱਚ ਸਮਾਜ ਨੂੰ ਸੇਧ ਦਿੰਦੇ ਨੇ ਜਿਹੜੇ ਗੀਤ ਆ ਉਹ ਬਿਲਕੁਲ ਜਿਹੜੇ ਉਹ ਕਰਨੇ ਚਾਹੀਦੇ ਆ, ਸਾਫ਼ ਸੁਥਰੇ ਗੀਤ ਆ ਜਿਹੜੇ ਗਾਉਣੇ ਚਾਹੀਦੇ ਆ। ਬੱਲੋਵਾਲ ਸਾਹਿਬ ਵੀ ਕਹਿ ਰਹੇ ਨੇ ਕਹਿੰਦੇ ਬਹੁਤ ਸਾਫ਼ ਸੁਥਰੇ ਗੀਤ ਹਨ ਬਿਰਦੀ ਸਾਹਿਬ ਦੇ, ਬਿਲਕੁਲ ਜੀ ਜਿਸ ਤਰ੍ਹਾਂ ਆਪਾਂ ਹੁਣ ਤੱਕ ਸੁਣਿਆ ਤਾਂ ਬਾਕੀ ਇਹਨਾਂ ਨੇ ਰੰਗ। ਮੇਰੇ ਵੱਲੋਂ ਥੈਂਕਸ ਜੀ ਬੱਲੋਵਾਲ ਸਾਹਿਬ ਨੂੰ ਜੀ। ਜੀ ਹਾਂਜੀ ਬਿਲਕੁਲ ਜੀ, ਬਾਅਦ ਸਿੰਘ ਬੱਲੋਵਾਲ ਜੀ ਨੇ ਇੱਕ ਆਪਾਂ ਨੂੰ ਸਵਾਲ ਵੀ ਰੱਖੇ ਸੀ, ਆਪਾਂ ਉਹ ਵੀ ਸਾਂਝਾ ਕਰ ਲਈਏ ਕਿਉਂਕਿ ਮੈਂ ਦੱਸ ਦੇਣਾ ਚਾਹੁੰਦਾ ਜਿਹੜੇ ਹਾਂਜੀ ਹਾਂਜੀ ਬਿਲਕੁਲ ਇਹ ਡੈਨਮਾਰਕ ਤੋਂ ਜਿਹੜੇ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ, ਠੀਕ ਹੈ ਜੀ, ਤੇ ਲਗਾਤਾਰ ਜਿਹੜੇ ਰੇਡੀਓ ਨੂੰ ਸਪੌਂਸਰ ਕਰਦੇ ਆ ਰਹੇ ਨੇ ਪ੍ਰੋਗਰਾਮ। ਹਾਂਜੀ ਹਾਂਜੀ, ਇਹ ਕਹਿ ਰਹੇ ਸੀ ਧੀਆਂ ਪੁੱਤਾਂ ਨੂੰ ਬੁਰਾਈਆਂ ਤੋਂ ਬਚਣ ਲਈ ਵੀ ਤੁਸੀਂ ਕੁਛ ਨਾ ਕੁਛ ਜਿਹੜਾ ਮਾਰਕੀਟ ਦੇ ਵਿੱਚ ਲੈ ਕੇ ਆਓ ਹਨਾ। ਹਾਂਜੀ ਬਿਲਕੁਲ ਹੈਲੋ, ਹਾਂਜੀ ਹਾਂਜੀ ਆ ਰਹੀ ਹੈ ਮੇਰੀ ਆਵਾਜ਼? ਹਾਂਜੀ ਥੋੜੀ ਮੇਰੇ ਖਿਆਲ ਨਾਲ ਥੋੜੀ ਜਿਹੀ ਮਿਸ ਹੋਈ ਸੀ ਜੀ। ਬੱਲੋਵਾਲ ਸਾਹਿਬ ਕਹਿ ਰਹੇ ਸੀ ਵੀ ਤੁਸੀਂ ਧੀਆਂ ਪੁੱਤਾਂ ਨੂੰ ਜਿਹੜਾ ਹਨਾ ਜਿਹੜੀਆਂ ਕ੍ਰਿਤੀਆਂ ਨੇ ਸਮਾਜ ਦੀਆਂ ਜਿਹੜੇ ਬੁਰੀਆਂ ਚੀਜ਼ਾਂ ਨੇ ਉਹਨਾਂ ਤੋਂ ਬਚਣ ਲਈ ਕੋਈ ਸੁਨੇਹਾ ਦਿੰਦਾ ਵੀ ਇਸ ਤਰ੍ਹਾਂ ਜਿਹੜਾ ਗੀਤ ਆ ਉਹ ਜ਼ਰੂਰ ਜਿਹੜਾ ਮਾਰਕੀਟ ਦੇ ਵਿੱਚ ਲੈ ਕੇ ਆਓਗੇ? ਹਾਂਜੀ ਮੇਰੀ ਕੋਸ਼ਿਸ਼ ਹੁੰਦੀ ਹੈ, ਮੇਰੀ ਕੋਸ਼ਿਸ਼ ਹੈ ਹੁੰਦੀ ਨੀ, ਮੈਂ ਕੋਸ਼ਿਸ਼ ਕਰਦਾ ਆਲਵੇਜ਼ ਕਿ ਕੁਛ ਨਾ ਕੁਛ ਸਮਾਜ ਨੂੰ ਜਿਹੜੀ ਇੱਕ ਸੇਧ ਦਿੱਤੀ ਜਾਵੇ, ਕਿਉਂਕਿ ਜਿਹੜੇ ਆਰਟਿਸਟ ਰਾਈਟਰ ਹੁੰਦੇ ਨੇ ਨਾ ਉਹਨਾਂ ਚ ਇੱਕ ਸੋਚ ਹੁੰਦੀ ਹੈ ਵੀ ਅਸੀਂ ਸਮਾਜ ਨੂੰ ਮਤਲਬ ਆਪਾਂ ਪ੍ਰੋਪਰ ਤਰੀਕੇ ਨਾਲ ਬਦਲ ਤਾਂ ਨਹੀਂ ਸਕਦੇ ਪਰ ਆਪਾਂ ਇੱਕ ਛੋਟੀ ਜਿਹੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ ਜੀ, ਹੈ ਨਾ। ਕੋਸ਼ਿਸ਼ ਕਰਨਾ, ਜੇ ਤੁਹਾਡੇ 100 ਬੰਦਾ ਆਵਾਜ਼ ਸੁਣਦਾ ਜੇ 2 ਨੂੰ ਵੀ ਸਮਝ ਪੈ ਗਈ ਤੇ ਸਾਡਾ ਸਮਝ ਲਓ ਜਨਮ ਜਿਹੜਾ ਉਹ ਸਫਲ ਹੋ ਗਿਆ ਜੀ। ਬਿਲਕੁਲ ਜੀ ਹਾਂਜੀ, ਸਾਡੀ ਇੱਕ ਕੋਸ਼ਿਸ਼ ਹੁੰਦੀ ਹੈ, ਬਾਕੀ ਪਰਮਾਤਮਾ ਕਰਨ ਵਾਲਾ ਕਰਾਉਣ ਵਾਲਾ ਹੈ ਨਾ ਸਾਰਾ ਕੁਛ ਜੀ। ਬਿਲਕੁਲ ਜੀ, ਕਿਉਂਕਿ ਹੱਥ ਤਾਂ ਉਹਦੇ ਡੋਰ ਹੁੰਦੀ ਹੈ ਜਿਹੜਾ, ਹਾਂਜੀ ਬਿਲਕੁਲ, ਜਿਹੜਾ ਇੱਕ ਇਨਸਾਨ ਉਹ ਤਾਂ ਆਪਦੀ ਕਿਰਿਆ ਕਰਦਾ ਰਹਿੰਦਾ ਹਨਾ ਉਹ ਵੱਖ ਵੱਖ ਫੀਲਡ ਦੇ ਵਿੱਚ। ਹਾਂਜੀ ਬਿਲਕੁਲ ਜੀ ਬਿਲਕੁਲ, ਸਾਰੇ ਸਰੋਤਿਆਂ ਨੂੰ ਦੱਸ ਦੇਵਾਂ ਆਪਣਾ ਸੁਰਿੰਦਰ ਸਿੰਘ ਬਿਰਦੀ ਜੀ ਅੱਜ ਪੰਜਾਬੀ ਗਾਇਕ ਨੇ ਉਹ ਗੱਲ ਕਰ ਰਹੇ ਨੇ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਛੋਟੇ ਜਿਹੇ ਪ੍ਰੋਗਰਾਮ ਤੋਂ ਬਾਅਦ। ਤੋਰਾ ਦੀਵੇ ਦੀ ਲੋ ਕਰਦਾ ਸੀ, ਮੰਜੇ ਤੇ ਰੋਟੀ ਖਾਂਦਾ ਸੀ, ਭਾਂਡੇ ਨਾ ਚੁੱਕ ਕੇ ਧਰਦਾ ਸੀ, ਜਾਂਦਾ ਕਾਲਜ ਬਣ ਸੈਕਸੀ, ਆ ਸ਼ਾਮੀ ਜੌਬ KFC, ਫਿਰ ਰਾਤ ਚਲਾਉਂਦਾ ਟੈਕਸੀ, ਮਿਹਨਤ ਦੀਆਂ ਖਾਊ ਹੋ ਗਿਆ ਏ ਬਾਪੂ ਤੇਰਾ ਪੁੱਤ ਨਿਕੰਮਾ, ਹੁਣ ਬੜਾ ਕਮਾਊ ਹੋ ਗਿਆ ਏ।
ਥੱਲਦੇ ਦਾਤ ਸੜਦਾ ਏ ਜਦ ਯਾਦ ਬੇਬੇ ਦੀ ਆਵੇ ਫਿਰ ਨਾ ਪੀਵੇ ਨਾ ਖਾਵੇ ਹੜ ਵਾਂਗੂ ਨੀਰ ਵਹਾਵੇ ਗੱਲ ਦਿਲ ਤੇ ਲਾਊ ਹੋ ਗਿਆ ਏ ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ ਬਾਪੂ ਤੇਰਾ ਪੁੱਤ ਨਿਕੰਮਾ ਜੀਵਨੀ ਬਾਰੇ ਆਪਾਂ ਜਿਹੜਾ ਜਾਣ ਚੁੱਕੇ ਹਾਂ ਹੁਣ ਗਾਇਕੀ ਬਾਰੇ ਉਹਨਾਂ ਦੇ ਜਿਹੜੀ ਗੱਲਬਾਤ ਕਰਾਂਗੇ ਗਾਇਕੀ ਜਿਹੜਾ ਕੈਰੀਅਰ ਹੁੰਦਾ ਕਿਉਂਕਿ ਹਰ ਮਨੁੱਖ ਦੇ ਦੋ ਜਿਹੜੇ ਪਾਰਟ ਹੁੰਦੇ ਜ਼ਿੰਦਗੀ ਦੇ ਇੱਕ ਜਦੋਂ ਉਹ ਪਲਦਾ ਗਾ ਜੰਮਦਾ ਪਲਦਾ ਗਾ ਪੜ੍ਹਦਾ ਗਾ ਉਹਦੀ ਪੜ੍ਹਾਈ ਕਰਦਾ ਉਹਦੇ ਬਾਅਦ ਸਕਸੈਸ ਹੁੰਦਾ ਗਾ ਅਤੇ ਉਹ ਤੋਂ ਬਾਅਦ ਜਿਹੜੀ ਲਾਈਨ ਦੇ ਵਿੱਚ ਜਾਂਦਾ ਇੱਕ ਨਵੀਂ ਜ਼ਿੰਦਗੀ ਉੱਥੋਂ ਸ਼ੁਰੂ ਕਰ ਲੈਂਦਾ ਗਾ ਹੁਣ ਆਪਾਂ ਗੱਲ ਕਰਾਂਗੇ ਬਿਰਦੀ ਸਾਹਿਬ ਨਾਲ ਉਹਨਾਂ ਦੀ ਗਾਇਕੀ ਬਾਰੇ ਬਿਰਦੀ ਸਾਹਿਬ ਤੁਸੀਂ ਗਾ ਤਾਂ ਰਹੀ ਹੋ ਕੀ ਤੁਸੀਂ ਲਿਖਦੇ ਵੀ ਹੋ ਤੁਹਾਡੇ ਗੀਤ ਕੋਈ ਮਾਰਕੀਟ ਦੇ ਵਿੱਚ ਕਿਸੇ ਹੋਰ ਸਿੰਗਰ ਦੀ ਜਿਹੜੀ ਆਵਾਜ਼ ਦੇ ਵਿੱਚ ਆਏ ਹੋਣ ਹਾਂਜੀ ਬਹੁਤ ਵਧੀਆ ਪੁੱਛਿਆ ਤੁਸੀਂ ਐਕਚੁਅਲ ਚ ਜਿਹੜੀ ਮੇਰੀ ਸਟਾਰਟਿੰਗ ਹੈ ਉਹ ਲਿਖਣ ਤੋਂ ਹੀ ਹੋਈ ਸੀ ਲਿਖਿਆ ਮੈਂ ਕੁਛ ਪਹਿਲਾਂ ਤੇ ਪਤਾ ਨਹੀਂ ਸੀ ਹੁੰਦਾ ਥੋੜਾ ਬਹੁਤ ਲਿਖ ਲੈਣਾ ਕਿਸੇ ਯਾਰ ਨੂੰ ਸੁਣਾ ਦੇਣਾ ਜਾਂ ਕਿਤੇ ਮਹਿਫਲ ਚ ਬੈਠੇ ਸੁਣਾ ਦੇਣਾ ਨਾ ਤੇ ਕਈ ਵਾਰੀ ਕਹਿਣਾ ਵੀ ਵਾਹ 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 ਜਦੋਂ ਵਾਹ ਵਾਹ ਮਿਲਣੀ ਸ਼ੁਰੂ ਹੋਈ ਫਿਰ ਉਹ ਹੌਲੀ 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 ਸੁਧਰਦਾ ਹੌਲੀ ਹੌਲੀ ਸੁਧਰਦਾ ਰਿਹਾ ਨਾ ਜਿਹੜੀ ਤੁਹਾਡੀ ਰਾਈਟਿੰਗ ਹੈ ਕੁਛ ਵਧੀਆ ਵੋਕੈਬਲਰੀ ਤੁਹਾਡੇ ਕੋਲ ਆਉਣੀ ਸ਼ੁਰੂ ਹੋ ਗਈ ਹੈ ਨਾ ਫਿਰ ਬੰਦਾ ਸੁਣਦਾ ਲਿਸਨ ਵਧੀਆ ਸੁਣੋਗੇ ਤਾਂ ਤੁਸੀਂ ਵਧੀਆ ਲਿਖੋਗੇ ਹੈ ਨਾ ਜੀ ਬਿਲਕੁਲ ਤੇ ਮੇਰੀ ਜਿਹੜੀ ਸਟਾਰਟਿੰਗ ਹੈ ਉਹ ਲਿਖਣ ਤੋਂ ਹੀ ਸ਼ੁਰੂ ਹੋਈ ਸੀ ਸ਼ੁਰੂਆਤ ਮੇਰੀ ਰਾਈਟਿੰਗ ਤੋਂ ਹੀ ਹੋਈ ਹੈ ਜੀ ਜੀ ਹਾਂਜੀ ਬਿਲਕੁਲ ਜੀ ਲਿਖਣ ਦਾ ਕਿਵੇਂ ਸਬਬ ਬਣਿਆ ਵੀ ਲਿਖਣਾ ਕਿੱਦਾਂ ਤੁਕਬੰਦੀ ਜੁੜੀ ਪਹਿਲਾਂ ਪੜਿਆ ਕਿ ਕਿਸੇ ਖਾਸ ਲੇਖਕ ਨੂੰ ਜਾਂ ਕਿਸੇ ਗੀਤਕਾਰ ਨੂੰ ਹਾਂਜੀ ਐਕਚੁਅਲ ਚ ਕੀ ਪਿੰਡ ਦਾ ਮਾਹੌਲ ਓਦਾਂ ਦਾ ਸੀ ਨਾ ਤੇ ਪੁਰਾਣੇ ਗਾਣੇ ਸੁਣ ਲੈਣੇ ਜਿੱਦਾਂ ਹਨਾ ਮਾਨ ਸਾਹਿਬ ਦੇ ਹੋਰ ਜਾਂ ਯਮਲਾ ਜੱਟ ਜੀ ਦੇ ਜਾਂ ਇੱਦਾਂ ਦੇ ਹਨ ਤੇ ਉਹਦੇ ਅਕੋਰਡਿੰਗਲੀ ਫਿਰ ਥੋੜਾ ਮਾਇੰਡ ਚ ਜਿਸ ਤਰ੍ਹਾਂ ਇੱਕ ਆਈਡੀਆ ਬਣਨਾ ਕਿ ਆਪਾਂ ਆਹ ਕਰ ਸਕਦੇ ਹਾਂ ਫਿਰ ਥੋੜਾ ਬਹੁਤਾ ਲਿਖਣਾ ਪਹਿਲਾਂ ਤੇ ਇੰਨਾ ਫੀਲ ਕਰਦਾ ਹੁੰਦਾ ਸੀ ਪਿੰਡ ਚ ਜੇ ਲਿਖ ਲੈਣਾ ਤੇ ਕਿਸੇ ਨੂੰ ਸੁਣਾਉਣਾ ਨੀ ਵੀ ਯਾਰ ਕੋਈ ਸੁਣੇਗਾ ਤੇ ਕਹੇਗਾ ਯਾਰ ਤੂੰ ਕੀ ਕਰਦਾ ਇੰਨਾ ਪਾਗਲਾਂ ਵਾਲੇ ਕੰਮ ਮਾਹੌਲ ਓਦਾਂ ਦਾ ਸੀ ਹੈਨਾ ਜੀ ਬਿਲਕੁਲ ਤੇ ਬਟ ਫਿਰ ਹੌਲੀ ਹੌਲੀ ਹੈਨਾ ਮੇਰੀ ਸਟਾਰਟਿੰਗ ਹੋਈ ਸੀ ਜੀ ਮਾਂ ਵਾਲਾ ਗਾਣਾ ਲਿਖਿਆ ਸੀ ਜੀ ਮੈਂ ਪਹਿਲਾਂ ਸਭ ਤੋਂ ਪਹਿਲਾਂ ਕਿਹੜੇ ਸਿੰਗਰ ਦੀ ਆਵਾਜ਼ ਦੇ ਵਿੱਚ ਤੁਹਾਡਾ ਜਿਹੜਾ ਗਾਇਕ ਦੀ ਆਵਾਜ਼ ਦੇ ਵਿੱਚ ਗੀਤ ਆਇਆ ਮੇਰੇ ਜੀ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਨੇ ਗਾਇਆ ਇਧਰੋਂ ਇੱਕ ਦੀਪ ਜੰਡੂ ਜੀ ਆਪਣੇ ਬਾਈ ਜੀ ਉਹਨਾਂ ਨਾਲ ਮੈਂ ਵਰਕ ਕਰ ਰਿਹਾ ਜੀ ਉਹਨਾਂ ਦੇ ਮਿਊਜ਼ਿਕ ਚ ਕਾਫੀ ਸਾਰੇ ਗਾਣੇ ਮੇਰੇ ਰਿਲੀਜ਼ ਹੋਏ ਨੇ ਜੀ ਹਾਂ ਤੇ ਜਿਹੜਾ ਆਪਣਾ ਲਿਖਿਆ ਗਾਣਾ ਜਿਹੜਾ ਰਿਲੀਜ਼ ਹੋਇਆ ਪਹਿਲਾਂ ਉਹ ਮੈਂ ਆਪ ਹੀ ਗਾਇਆ ਸੀ ਅਮੈਰੀਕਨ ਦੇਸੀ ਐਲਬਮ ਚ ਜੀ ਜੀ ਹਾਂਜੀ ਹਾਂਜੀ ਸਟਾਰਟਿੰਗ ਮੇਰੀ ਉੱਥੋਂ ਹੋਈ ਸੀ ਤੇ ਉਸ ਤੋਂ ਬਾਅਦ ਜੇ ਸਟੇਟਸ ਹੈਗਾ ਇੰਗਲੈਂਡ ਤੋਂ ਉਹਨਾਂ ਨੇ ਗਾਇਆ ਫਿਰ ਆਪਣਾ ਇੰਦਰਜੀਤ ਨਿੱਕੂ ਬਾਈ ਉਹਨਾਂ ਨੇ ਗਾਇਆ ਆਪਣਾ ਜੀ ਵੈਗਨ ਗਾਣਾ ਆਇਆ ਸੀ ਆਪਣਾ ਦੀਪ ਬਾਈ ਦੀ ਆਵਾਜ਼ ਚ ਗੋਲਡੀ ਗੁਰਾਇਆ USA ਤੋਂ ਉਹਨਾਂ ਨੇ ਗਾਇਆ ਇੱਕ ਗਾਣਾ ਮੇਰਾ ਗਾਇਆ ਸਿਗਨਲ ਕੈਨੇਡਾ ਤੋਂ ਹੈਗਾ ਆਪਣਾ ਆਪਣਾ ਅਮਨ ਕਰਕੇ ਬਹੁਤ ਆਪਣਾ ਅੱਛਾ ਆਰਟਿਸਟ ਆ ਉਹ ਵੀ ਉਹਨਾਂ ਨੇ ਗਾਇਆ ਸਿਗਨਲ ਗਾਣੇ ਦਾ ਨਾਮ ਸੀ ਤੇ ਉਸ ਤੋਂ ਇਲਾਵਾ ਆਪਣਾ ਮੇਰਾ ਗਾਣਾ ਇੱਕ ਆਇਆ ਸੀ ਲੈਦਰ ਲਾਈਫ ਮੂਵੀ ਚ ਤੇਰੀ ਹੋ ਜਾਵਾ ਬਹੁਤ ਅੱਛਾ ਗਾਣਾ ਹੋਈ ਉਹ ਆਇਆ ਸੀ ਬਾਕੀ ਕਈ ਸਾਰੇ ਇੱਕ ਐਮੀ ਵਿਰਕੇ ਨੇ ਗਾਇਆ ਸੀ ਮੇਰਾ ਗਾਣਾ ਪਟਿਆਲਾ ਸ਼ਾਹੀ ਮਿਸ ਪੂਜਾ ਜੀ ਨੇ ਗਾਇਆ ਨਖਰਿਆ ਮਾਰੀ ਬਹੁਤ ਇੱਕ ਕਲਿੱਪ ਵੀ ਹਿੱਟ ਹੋਇਆ ਸੀ ਉਹਦੇ ਤੇ ਮੈਂ ਤੁਹਾਨੂੰ ਥੋੜਾ ਜਿਹਾ ਗਾ ਕੇ ਸੁਣਾਉਣਾ ਕਿੱਦਾਂ ਸੀ ਗਾਣਾ ਬਿਲਕੁਲ ਜੇ ਥੋੜਾ ਹੱਸ ਲੈਂਦੀ ਜੇ ਥੋੜਾ ਹੱਸ ਲੈਂਦੀ ਕਹਿੰਦੇ ਪੀ ਜਾਵਾਂਗੇ ਸਾਰੀ ਜੇ ਤੋੜ ਜਵਾਬ ਦਿਆਂ ਇਹ ਤੋੜ ਜਵਾਬ ਦਿਆਂ ਲੋਕੀ ਕਹਿਣ ਨਖਰਿਆਂ ਮਾਰੀ ਬਹੁਤ ਬਹੁਤ ਜ਼ਿਆਦਾ ਪਿਆਰ ਮਿਲਿਆ ਇਸ ਗਾਣੇ ਨੂੰ ਜੀ ਤੇ ਬਾਕੀ ਹੋਰ ਇਸ ਤੋਂ ਇਲਾਵਾ ਜਿਹੜੇ ਗਾਣੇ ਨਵੇਂ ਆ ਰਹੇ ਨੇ ਜੀ ਇੱਧਰ ਆਪਣਾ ਦੇਸੀ ਰੂਟਸ ਹੈਗੇ ਨੇ ਆਪਣੇ ਉਹਨਾਂ ਨਾਲ ਇੱਕ ਮਿਊਜ਼ਿਕ ਰੈਡੀ ਹੋ ਰਿਹਾ ਇੱਕ ਟਰੈਕ ਦਾ ਤੇ ਇੱਧਰ ਆਰ ਗੁਰੂ ਜੀ ਉਹਨਾਂ ਨਾਲ ਤੇ ਇੱਧਰ ਆਪਣੇ ਵਿਕਟਰ ਕੰਬੋਜ ਵੀ ਹੈਗੇ ਨੇ ਉਹਨਾਂ ਨਾਲ ਮਤਲਬ ਕਾਫੀ ਸਾਰੇ ਇੱਕ ਟੀਮ ਵਰਕ ਹੈ ਨਾ ਕਾਫੀ ਜਗ੍ਹਾ ਕੰਮ ਚੱਲ ਰਿਹਾ ਆਲਰੇਡੀ ਜੀ ਬਿਲਕੁਲ ਜੀ ਹਾਂਜੀ ਇਸ ਤੋਂ ਇਲਾਵਾ ਤੁਸੀਂ ਮਿਸ ਪੂਜਾ ਨੂੰ ਗੀਤ ਦਿੱਤਾ ਨਾ ਉਸ ਤੋਂ ਇਲਾਵਾ ਕਿਹੜੇ ਸਿੰਗਰ ਨੇ ਹੋਰ ਤੁਹਾਡੇ ਜਿਹੜੇ ਗੀਤ ਸੀ ਉਹ ਗਾਏ ਇਸ ਤੋਂ ਇਲਾਵਾ ਮੈਂ ਤਾਂ ਜੀ ਹਾਂਜੀ ਹਾਂਜੀ ਜੀ ਜੀ ਜਿਸ ਤਰ੍ਹਾਂ ਐਮੀ ਵਿਰਕ ਨੇ ਗਾਇਆ ਸੀ ਪੱਟੀ ਮੈਂ ਪੱਟੀ ਵੇ ਪਟਿਆਲਾ ਸ਼ਾਹੀ ਪੱਗ ਨੇ ਉਹ ਮੇਰਾ ਲਿਖਿਆ ਗਾਣਾ ਜੀ ਜੀ ਜੀ
हाँ ते इंद्रजीत निक्कू भाई का गाना सी हाँ, सानू वो नार पसंद नहीं जिसनू सरदार पसंद नहीं, जी हाँ वो भी बहुत अच्छा रिस्पॉन्स मिले सी। जो लैदर लाइफ च गाना सी वो मैनू बेसिकली खुद नू बहुत पसंद है, वो मैं तुहानू थोड़ा सुना के ना जी बिल्कुल। ते, हाँ जी। मेरी कोई मन्नत तू मिल जी हो, मिल जावे जन्नत तू मिल जी हो, मेरी कोई मन्नत तू मिल जी, मिल जावे जन्नत तू मिल जी, मैं करा दुआवां मेरे दिल दी रीज है सोनिया तेरी हो जावा, मेरे दिल दी रीज है सोनिया तेरी हो जावा। तो बिरती साहब आप गल कर रहे थे भी जिस तरह पंजाबी सिंगर बाहरला टूर लाउंदे ने, हाँ जी लाउंड जांदे ने, हाँ जी हाँ जी, ते आपां नूं किथे किथे गाउण दा जिहड़ा मौका मिलिया जी हुण तक? गाउण दा मौका मैं काफी सारे शोज वगैरह जिस तरह साई इंस्टीट्यूट अमृतसर जी है ना, उस तो अलावा होर भी लोकल मेलियां ते जिहड़े अपने उस्ताद जी दे मेले लगदे ने जमला जट जी दे उत्थे जी, ते ਚਲਦਾ ਰਹਿੰਦਾ ਕਿਤੇ ਨਾ ਕਿਤੇ ਫੰਕਸ਼ਨ ਇਦਾਂ ਜੀ ਬਿਲਕੁਲ ਜੀ। ਅੱਛਾ ਬਿਰਤੀ ਸਾਹਿਬ ਆਪਾਂ ਗੱਲ ਕਰ ਰਹੇ ਸੀ ਦੋ ਤਿੰਨ ਗੀਤ, ਹਾਂਜੀ ਆਖਰ ਦੇ ਵਿੱਚ ਗੀਤ ਤੁਹਾਡੇ ਕੋਲ ਸੁਣਨੇ ਨੇ ਵਧੀਆ ਵਧੀਆ, ਹਾਂਜੀ ਹਾਂਜੀ ਸਾਡੇ ਸਰੋਤਿਆਂ ਦੀ ਵੀ ਲਗਾਤਾਰ ਇਹ ਫਰਮਾਇਸ਼ ਆ ਰਹੀ ਹੈ, ਹਾਂਜੀ ਹਾਂਜੀ ਸਾਡੇ ਸਰੋਤਿਆਂ ਦੀ ਸਿਫਾਰਸ਼ ਆ ਰਹੀ ਹੈ ਵੀ ਜਿਹੜਾ ਗੀਤਾਂ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰ ਲਓ ਤੁਸੀਂ। ਸਰੋਤੇ ਕੀ ਦੁਬਾਰਾ ਰਿਪੀਟ ਕਰਿਓ ਕੀ ਕਹਿ ਰਹੇ ਨੇ ਸਰੋਤੇ ਸਾਡੇ? ਉਹ ਕਹਿੰਦੇ ਵੀ ਜਿਹੜਾ ਗੀਤ ਆ ਉਹ ਸ਼ੁਰੂ ਕਰੋ, ਸਿੰਗਰ ਨੂੰ ਕਹੋ ਵੀ ਆਪਾਂ ਇਹਦਾ ਗੀਤ ਕਿਹੜੇ ਵਾਲਾ। हेलो, हाँ जी हाँ जी मेरी आवाज आ रही है? हाँ जी हाँ जी आ रही है। हाँ केड़ा कह रहे थे तुसी शुरू करने लई? गीत दी जिहड़ी ओह डिमांड कर रहे सी वी गल कर रहे सी जिस तरह प्रोग्राम दी सी। अच्छा 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 जिहड़ा मैं मां जी वाला, मां वाला कह रहे सी? हाँ जी हाँ जी हाँ जी हाँ जी हाँ मैं जरूर जरूर जी जरूर। हाँ जी दुध तो चिट्टा ते जल तो सुच्चा, दुध तो चिट्टा जल तो सुचा है उची जिस दी थां, रब हर घर विच नहीं जा सकदा इस लई बनाई मां, रब हर घर विच नहीं जा सकदा इस लई बनाई मां, हर दौलत तो महंगी मां मेरी जो को दिन छड़ दी, मां मेरी हर दौलत तो महंगी, मां मेरी जो को दिन छड़ दी, मां मेरी तेरी मेहनत तेरी तपस्या ओ मैनू लिखना सिखाया ना, रब हर घर विच नहीं जा सकदा इस लई बनाई मां, इस लई बनाई मां, इस लई बनाई मां। एक मेरा बहुत ही जिहड़ा मेनू खुद नू बहुत अच्छा लगदा गाना जी, दुआवां गाना है जी, ते ओ मैं तुहानू सुनाउणा जरूर जी। रहे दूर तू हो नहीं सह हुंदा, रहे दूर तू हो नहीं सह हुंदा, तेरे बिना हर रात अनेरी है, क्यों देवे दुआवां जीण दियां की करनी उम्र लमेरी है, क्यों देवे दुआवां जीण दियां की करनी उम्र लमेरी है, हर साह विच तेरा जिक्र होवे, हर सोच तेरा फिक्र होवे, हर साह विच तेरा जिक्र होवे, हर सोच तेरा फिक्र होवे, तेरे नाल प्यार दी शिखर होवे, दुआ इनी मेरी है,
ਕਿਉਂ ਦੇਵੇ ਦੁਆਵਾਂ ਜੀਣ ਦੀਆਂ ਕੀ ਕਰਨੀ ਉਮਰ ਲਮੇਰੀ ਏ ਕਿਉਂ ਦੇਵੇ ਦੁਆਵਾਂ ਜੀਣ ਦੀਆਂ ਕੀ ਕਰਨੀ ਉਮਰ ਲਮੇਰੀ ਏ ਮੁੱਕ ਅੱਖੀਆਂ ਦੀ ਨਾ ਲੋ ਜਾਵੇ ਤੇਰਾ ਬਿਰਦੀ ਨਾ ਪਾਗਲ ਹੋ ਜਾਵੇ ਮੁੱਕ ਅੱਖੀਆਂ ਦੀ ਨਾ ਲੋ ਜਾਵੇ ਤੇਰਾ ਬਿਰਦੀ ਨਾ ਪਾਗਲ ਹੋ ਜਾਵੇ ਤੇਰੇ ਬਿਨਾ ਮੈਂ ਕਦ ਤੱਕ ਜਾਵਾਂਗਾ ਸਵਾਸਾਂ ਦੀ ਮਾਲਾ ਫੇਰੀਏ ਕਿਉਂ ਦੇਵੇ ਦੁਆਵਾਂ ਜੀਣ ਦੀਆਂ ਕੀ ਕਰਨੀ ਉਮਰ ਲਮੇਰੀ ਏ ਕਿਉਂ ਦੇਵੇ ਦੁਆਵਾਂ ਜੀਣ ਦੀਆਂ ਕੀ ਕਰਨੀ ਉਮਰ ਲਮੇਰੀ ਏ ਬਹੁਤ ਸੋਹਣਾ ਜਿਹੜਾ ਰੰਗ ਮੰਨਿਆ ਦਰਜੀ ਸਾਹਿਬ ਤੇ ਤੁਹਾਡੀ ਕਲਮ ਨੂੰ ਬਹੁਤ ਬਹੁਤ ਮੇਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਮਾਣ ਦਿੱਤਾ ਜਿਨ੍ਹਾਂ ਨੇ ਮੈਨੂੰ ਕਾਲ ਕੀਤੀਆਂ ਔਰ ਨਿਡਰ ਰੇਡੀਓ ਦੀ ਸਾਰੀ ਟੀਮ ਨੂੰ ਮੇਰਾ ਦਿਲੋਂ ਥੈਂਕਸ ਤੇ ਪਰਮਾਤਮਾ ਕਰੇ ਇਹ ਰੇਡੀਓ ਸਾਡਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਥੈਂਕਸ ਅਗੇਨ ਥੈਂਕਸ ਅਗੇਨ।